ਇਹ ਗੱਲ ਮੈਂ ਦੇਖੀ ਵੀ ਜੇ ਆਪ ਇੱਕ ਇੱਕ ਜਨਰੇਸ਼ਨ ਸਾਡੀ ਚੰਗਾ ਕੰਮ ਕਰੇ ਨਾ ਤਾਂ ਉਹ ਤੋਂ ਫਿਰ ਅਗਲੀ ਜਨਰੇਸ਼ਨ ਸਿੱਖਦੀ ਹੈ ਅੱਗੇ ਇਹਨਾਂ ਨੇ ਸੰਭਾਲਣਾ ਹੈ। ਮੈਂ ਉਹੀ ਕਹਿੰਦਾ ਨਾ ਇਹਨਾਂ ਨੂੰ ਇਹਨਾਂ ਦੀ ਵੈਲਿਊ ਪਤਾ ਹੋਊਗੀ ਕਿੰਨਾ ਕਿੰਨਾ ਸੋਹਣਾ ਲੱਗਦਾ। ਇਹ ਹੁਣ ਬਹੁਤ ਜਗ੍ਹਾ ਜਾਣੀ ਵੀਡੀਓ ਇਹ ਤੁਹਾਡੀ। ਇੱਕ ਵਾਰੀ ਸਿਹੜਾ ਨਾਂ ਦੀ ਇੱਕ ਚੀਜ਼ ਸੀ ਬਜ਼ੁਰਗਾਂ ਦੇ ਟਾਈਮ ਸਿਹੜਾ ਹੁੰਦੀ ਸੀ। ਹਾਂਜੀ ਉਹ ਆਈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਡੇ ਪਿੰਡ ਕੋਈ ਅਟੈਕ ਨਹੀਂ ਕੀਤਾ। ਆਲੇ ਦੁਆਲੇ ਜਿੰਨੇ ਪਿੰਡ ਸੀ ਉਹਨਾਂ ਦਾ ਨੁਕਸਾਨ ਬਹੁਤ ਕੀਤਾ, ਉਹ ਜਾਨੀ ਫਸਲਾਂ ਖਾ ਜਾਂਦੀ ਸੀ। ਉਹ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੇ ਨੇ ਜਦੋਂ ਗੁਰੂ ਮਹਾਰਾਜ ਜੀ ਅਚਨਚੇਤ ਵੀ ਪਿੰਡ ਆਉਣ, ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਵਿਖੇ ਨਮਸਕਾਰ ਕਰਦੇ ਨੇ, ਗੁਰਦੁਆਰਾ ਸਾਹਿਬ ਆਉਣ ਤੋਂ ਬਾਅਦ ਮੰਦਰ ਜਾਂਦੇ। ਸਭ ਤੋਂ ਵੱਡੀ ਖਾਸੀਅਤ ਇਹ ਹੈ ਜੈਸਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ, ਉਹ ਜੋ ਤੁਸੀਂ ਬੋਉਂਗੇ ਨਾ ਬੀਜੋਗੇ ਉੱਗਣਾ ਉਹੀ ਹੈ। ਇਸ ਨਗਰ ਦੇ ਵਿੱਚ ਕਦੀ ਅੱਜ ਤੱਕ ਕੋਈ ਕੁਦਰਤੀ ਆਫਤ ਆਪਣਾ ਪ੍ਰਕੋਪ ਨਹੀਂ ਦਿਖਾ ਸਕੇ। ਇਹਦੀ ਫੋਟੋ ਬਸ ਸੀਗੀ ਜੀ, ਕਿਸੇ ਨੇ ਪਾਈ ਉਹ ਜੀ ਇੱਦਾਂ ਹੀ। ਹਾਂਜੀ ਭਾਈ ਪਟੋਨੀਆਂ ਹੈ। ਇੱਥੇ ਸਿਰਫ ਜਿੱਦਾਂ ਇਸ ਪਿੰਡ 'ਚ ਇੱਕੋ ਇੱਕ ਗੁਰਦੁਆਰਾ ਸਾਹਿਬ ਆ, ਇਹ ਤੋਂ ਸਿੱਖਣ ਦੀ ਲੋੜ ਆ ਸਾਨੂੰ, ਸਾਡੇ ਸਮਾਜ ਨੂੰ ਇਸ ਚੀਜ਼ ਤੋਂ ਸਿੱਖਣ ਦੀ ਲੋੜ ਆ, ਇਸ ਪਿੰਡ ਤੋਂ ਸਿੱਖਣ ਦੀ ਲੋੜ ਆ, ਜਿਹਨੂੰ ਵਿੱਦਿਆ ਪੜ੍ਹਾਈ ਕਹਿੰਦੇ ਆਪਾਂ। ਹਾਂਜੀ 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 ਹਾਂ ਸਰ, ਮੈਨੂੰ ਯਾਦ ਆ ਵੀ ਆਪਾਂ ਕਿਤਾਬਾਂ 'ਚ ਰੱਖੀਦਾ ਹੁੰਦਾ ਪੜ੍ਹਾਈ ਆ ਜਾਵੇ ਜੀ, ਕਾਪੀਆਂ 'ਚ ਰੱਖਣਾ ਕਿਤਾਬਾਂ 'ਚ ਰੱਖਣਾ ਇਹਨੂੰ। ਕੀ ਖੇਲਦੇ ਹੁੰਦੇ ਆ, ਕੀ ਖੇਲਣਾ ਪਸੰਦ ਆ ਤੁਹਾਨੂੰ? ਹੈ ਫੁੱਟਬਾਲ ਖੇਡਣਾ ਪਸੰਦ ਆ? ਗੁਰਦੁਆਰਾ ਸਾਹਿਬ ਵਿਖੇ ਕੋਈ ਭਿੰਨ ਭੇਦ ਨਹੀਂ ਹੈ, ਨਾ ਸਿੱਖ ਦਾ ਨਾ ਮੋਨੇ ਦਾ। ਠੀਕ ਹੈ ਜੀ। ਖਾਸ ਕਰਕੇ ਸ਼ਿਵਰਾਤਰੀ, ਜਨਮਅਸ਼ਟਮੀ, ਰਾਮਨੌਮੀ ਤਿਉਹਾਰ ਗੁਰਦੁਆਰਾ ਸਾਹਿਬ ਲੰਗਰ ਤਿਆਰ ਹੁੰਦੇ ਆ, ਮੰਦਰ 'ਤੇ ਜਾ ਕੇ ਵਰਤਾਏ ਜਾਂਦੇ ਆ। ਕਿ ਜਿਹੜਾ ਪੰਜਾਬ ਭਰ ਵਿੱਚ ਸਭ ਨਾਲ ਵਿਸ਼ਾਲ ਆ, ਮਤਲਬ ਕੁਇੰਟਲਾਂ ਦੀ ਤਾਦਾਦ 'ਚ ਰੰਗ ਲੱਗਦੇ ਨੇ ਔਰ ਕੁਇੰਟਲਾਂ ਦੀ ਤਾਦਾਦ ਦੇ ਵਿੱਚ ਹੀ ਫੁੱਲ ਲੱਗਦੇ ਨੇ। 21 ਤਰੀਕ ਨੂੰ ਗੁਰੂ ਮਹਾਰਾਜ ਨੇ ਆਉਣਾ ਆ। ਜਾਜਾ ਵਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਅਤੇ ਅੱਜ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਬਹੁਤ ਹੀ ਖੂਬਸੂਰਤ ਪਿੰਡ ਕੁੰਟਾ ਆਇਆ ਹੋਇਆ ਹਾਂ। ਅਤੇ ਕੁੰਟਾ ਪਿੰਡ ਦੇ ਵਿੱਚ ਮੇਰੇ ਨਾਲ ਹਨ ਭੁਪਿੰਦਰ ਸਿੰਘ ਹੁਣੀ। ਅਤੇ ਤੁਹਾਨੂੰ ਪਹਿਲਾਂ ਮੈਂ ਦੱਸਣਾ ਚਾਹੁੰਦਾ ਮੈਂ ਕੁੰਟਾ ਪਿੰਡ ਕਿਉਂ ਆਇਆ। ਕੁਝ ਕੁ ਦਿਨ ਪਹਿਲਾਂ ਮੈਨੂੰ ਪਤਾ ਲੱਗਾ ਸੀਗਾ ਵੀ ਇੱਕ ਫੋਟੋ ਪਾਈ ਸੀ ਕਿਸੇ ਨੇ ਪਾਰਕ ਦੀ, ਬਹੁਤ ਸੋਹਣੇ ਮਤਲਬ ਕਿੱਥੇ ਫੁੱਲ ਲੱਗੇ ਹੋਏ ਸੀਗੇ, ਅਤੇ ਤੁਹਾਨੂੰ ਉਹ ਵੀ ਦਿਖਾਵਾਂਗੇ। ਅਤੇ ਉਹ ਦੇਖਣ ਦੀ ਬੜੀ ਇੱਛਾ ਹੋਈ। ਅਤੇ ਇਸ ਤੋਂ ਪਹਿਲਾਂ ਜਿੱਦਾਂ ਮੈਨੂੰ ਕਿਸੇ ਤੋਂ ਪਤਾ ਵੀ ਲੱਗਾ ਸੀਗਾ ਕਿ ਇਸ ਪਿੰਡ ਦੇ ਵਿੱਚ ਕੁਝ ਸੱਜਣ ਹੈਗੇ ਆ ਜਿਨ੍ਹਾਂ ਨੇ ਕਿ ਪੇੜ ਪੌਦੇ ਲਾਉਣ ਦਾ ਉਹਨਾਂ ਨੂੰ ਬਹੁਤ ਸ਼ੌਂਕ ਆ, ਅਤੇ ਮੇਰੀ ਬੜੀ ਇੱਛਾ ਸੀ ਕੁੰਟਾ ਪਿੰਡ ਆਉਣ ਦੀ ਅਤੇ ਜਾਣਨ ਦੀ। ਅਤੇ ਆਓ ਤੁਹਾਨੂੰ ਉਹਨਾਂ ਨਾਲ ਮਿਲਵਾਉਂਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰ ਤੁਸੀਂ ਦੱਸੋ ਮੈਨੂੰ ਕਿ ਤੁਹਾਨੂੰ ਜਿੱਦਾਂ ਇਹ ਬੂਟੇ ਲਗਾਉਣ ਦਾ ਸ਼ੌਂਕ ਕਿੱਥੋਂ ਪਿਆ? ਪਹਿਲੇ ਸਾਡੇ ਕਿਤੋਂ ਪਿੰਡ ਦੇ ਸੀਗੇ ਕਿ ਨਾਮ ਆਰਮੀ 'ਚੋਂ ਆਏ ਸੀਗੇ। ਅੱਛਾ ਜੀ। ਇੱਥੇ ਮਤਲਬ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੇ ਵੱਲੋਂ ਕਿਰਮ ਘਾਹ ਲਾਉਣ ਦੀ। ਅੱਛਾ। ਅਤੇ ਉਹਨਾਂ ਨੂੰ ਨਹੀਂ ਇੱਥੋਂ ਕਾਮਯਾਬ ਹੋਇਆ, ਅਸੀਂ ਮਦਦ ਕੀਤੀ, ਫਿਰ ਨਹੀਂ ਹੋਇਆ ਕਾਮਯਾਬ। ਠੀਕ ਹੈ। ਫਿਰ ਮੈਂ ਹਾਰ ਕੇ ਮੈਂ ਮਾਲੀ ਲੈ ਕੇ ਆਇਆ। ਅੱਛਾ ਜੀ। ਫਿਰ ਸਾਰਾ ਇਹ ਬਣਾਇਆ, ਪਲੈਨਿੰਗ ਬਣਾਈ ਕਿੱਦਾਂ ਕਿੱਦਾਂ ਕਰਨੀ ਆ। ਅੱਛਾ ਜੀ। ਫਿਰ ਉਹ ਤੋਂ ਬਾਅਦ ਸ਼ੌਕ ਹੋ ਗਏ, ਵਿੱਚ ਕਾਫੀ ਚੇਂਜਿੰਗ ਆ ਗਈਆਂ ਵਿੱਚ ਬੂਟੇ ਦੀਆਂ, ਕਾਫੀ ਅਸੀਂ ਚੇਂਜ ਕੀਤਾ ਆ। ਮੈਂ ਸਾਰੇ ਆਪਣੇ ਜਿੱਦਾਂ ਵਿਊਸ ਨੂੰ ਦਿਖਾਉਣਾ ਚਾਹੁੰਦਾ ਆ। ਆਹ ਦੇਖੋ, ਆਹ ਦੇਖੋ ਕਿੰਨੇ ਸੋਹਣੇ ਪਾਰਕ ਦੇ ਵਿੱਚ ਇੱਕ ਬੂਟੇ ਲਗਾਏ ਆ, ਜਿਹੜੇ ਫੁੱਲ ਲਗਾਏ ਆ। ਸਰ ਇਹ ਜਿਹੜੇ ਸਾਹਮਣੇ ਆ ਜਿਹੜਾ ਤੁਹਾਡੇ ਆਹ ਹੈਗਾ ਆ, ਹਾਂਜੀ, ਬੂਟਾ ਜਾਂ ਜਿਹੜਾ ਤੁਹਾਡਾ ਫੁੱਲ ਲੱਗੇ ਹੋਏ ਆ, ਕਿਹੜਾ ਆ ਇਹ? ਗੋਲਡਨ ਸ਼ਾਵਰ। ਹਾਂਜੀ, ਗੋਲਡਨ ਸ਼ਾਵਰ। ਗੋਲਡਨ ਸ਼ਾਵਰ, ਹਾਂਜੀ। ਅੱਛਾ ਜੀ, ਤੁਸੀਂ ਆਰਮੀ ਸੀਗੇ? ਮੈਂ ਆਰਮੀ ਦੇ ਸੀ। ਅੱਛਾ ਜੀ, ਅੱਛਾ ਅੱਛਾ, ਠੀਕ। ਫਿਰ ਮੈਨੂੰ ਸ਼ੌਕ ਸੀਗਾ, ਚਲੋ ਪਿੰਡ ਵਧੀਆ ਹੋਣਾ ਚਾਹੀਦਾ, ਪਿੰਡ ਦੇ ਵਿੱਚ ਬੂਟੇ ਲਾਏ, ਸ਼ੀਸ਼ੇ ਲਾਏ, ਅਸੀਂ ਡਸਟਬਿਨ ਲਾਏ, ਸੰਸਥਾ ਥਰੂ ਲਾਏ ਸੀਗੇ। ਹਾਂਜੀ ਹਾਂਜੀ, ਠੀਕ ਹੈ ਜੀ। ਨਹੀਂ, ਬਹੁਤ ਸੋਹਣਾ ਲੱਗਾ ਮੈਨੂੰ ਇਹ ਦੇਖ ਕੇ। ਹੋਰ ਤੁਸੀਂ ਦਿਖਾਓ ਵੈਸੇ ਕਿਹੜੇ ਕਿਹੜੇ ਉੱਦਾਂ ਤੁਸੀਂ
ਕੀ ਨਾਮ ਆ ਹੋਰ ਜਿਹੜੇ ਇੱਥੇ ਤੁਸੀਂ ਲਗਾਏ ਆ? ਅਸੀਂ ਇਹਨੂੰ ਗਦਾ ਫੁੱਲ ਵੀ ਕਹਿੰਦੇ ਹਾਂ। ਹਾਂਜੀ, ਇਹਨੂੰ ਗਦਾ ਫੁੱਲ ਕਹਿੰਦੇ ਹਾਂ। ਫੁੱਲ ਖਿੜਨੇ ਆ ਜੀ। ਉਹ ਹੈਗਾ ਜੀ ਇੱਕ, ਇਹਦਾ ਹੀ ਆ ਨਾ? ਹਾਂਜੀ, ਇਹਦਾ ਹੀ ਆ। ਅੱਛਾ ਜੀ, ਆਹੀ ਵਾਲਾ। ਹਾਂਜੀ, ਹੋਰ ਜੀ? ਅੱਗੇ ਡੇਲੀਆ ਆ। ਅੱਛਾ ਜੀ, ਡੇਲੀਆ। ਅੱਛਾ, ਇਹ ਤੁਸੀਂ ਲਿਆਉਂਦੇ ਕਿੱਥੋਂ ਆ? ਇਹ ਕਿ ਨਾਮ ਪਨੀਰੀ, ਅਸੀਂ ਕਿ ਨਾਮ ਮਲੇਰਕੋਟਲੇ ਤੋਂ ਮੰਗਾ ਲੈਂਦੇ ਹਾਂ। ਅੱਛਾ ਜੀ, ਜਾਂ ਜੋਗਿੰਦਰ ਨਗਰ ਹਿਮਾਚਲ ਤੋਂ ਮੰਗਾ ਲੈਂਦੇ ਹਾਂ ਇੱਦਾਂ। ਹਾਂਜੀ, ਇਹ ਕਿ ਨਾਮ, ਇਹ ਹੈਗੇ ਬਰਫ਼ ਕਹਿੰਦੇ ਨੂੰ। ਬਹੁਤ ਵਧੀਆ ਜੀ, ਮੈਂ ਤਾਂ ਮਨ ਖੁਸ਼ ਹੋ ਗਿਆ ਦੇਖ ਕੇ। ਇੱਥੇ ਏਦਾਂ ਦਾ ਹਰ ਪਿੰਡ ਦੇ ਵਿੱਚ ਏਦਾਂ ਜਗ੍ਹਾ ਬਣਾਈ ਹੋਵੇ ਤਾਂ ਮੈਂ ਤਾਂ ਕਹਿੰਦਾ ਦਿਲ ਖੁਸ਼ ਹੋ ਜਾਂਦਾ। ਦੇਖੋ ਆਹ, ਦੇਖੋ ਵਾਹ, ਇਹਦੀ ਫੋਟੋ ਬਸ ਸੀਗੀ ਜੀ ਕਿਸੇ ਨੇ ਪਾਈ ਹੋ। ਹਾਂਜੀ, ਆ ਇਦਾਂ ਹੀ। ਹਾਂਜੀ ਭਾਈ, ਪਟੋਨੀਆ ਹੈ ਇਹ ਸਾਰਾ। ਪਟੋਨੀਆ ਕਹਿੰਦੇ ਨੂੰ? ਪਟੋਨੀਆ ਹੈ। ਵਾਹ ਜੀ ਵਾਹ, ਦੇਖੋ। ਤੇ ਇਹ ਜਿੱਦਾਂ ਕਿੰਨਾ ਕੁ ਚਿਰ ਖਿੜੇ ਰਹਿੰਦੇ ਇਹ, ਮਤਲਬ ਇਹਦਾ ਕਿੰਨਾ, ਕਦੋਂ ਕੀ ਸੀਜ਼ਨ ਹੁੰਦਾ ਇਹਦੇ ਖਿੜਨ ਦਾ? ਇਹ ਕਿਰਮ ਹੁੰਦਾ ਠੰਡਾ ਦਾ ਹੁੰਦਾ ਹੈ, ਠੰਡਾ ਨੂੰ ਅਸੀਂ 11ਵੇਂ ਮਹੀਨੇ ਲਾਈਦਾ। ਅੱਛਾ ਜੀ, ਅਤੇ ਜੂਨ ਜੁਲਾਈ ਤੱਕ ਖਿੜਦਾ ਰਹਿੰਦਾ। ਅੱਛਾ ਜੀ। ਹਾਂਜੀ, ਬਹੁਤ ਸੋਹਣਾ ਜੀ, ਮੈਂ ਤਾਂ ਕਹਿੰਦਾ ਮੈਂ ਵੀ ਲਿਆਊਂਗਾ, ਘਰ ਲਾਊਂਗਾ। ਇੱਦਾਂ ਦੇ ਬਹੁਤ ਸੋਹਣੇ, ਨਾਲੇ ਦੇਖੋ ਤੁਸੀਂ ਆਹ ਬਹੁਤ ਸੋਹਣੀ ਚੀਜ਼ ਲੱਗੀ ਜਿੱਦਾਂ ਬਣਾ ਕੇ ਲਾਇਆ ਆ। ਹਾਂਜੀ, ਹੈ ਨਾ? ਇਹ ਇਸੇ ਸਾਲ ਅਸੀਂ ਪਲੈਨਿੰਗ ਬਣਾਈ ਸੀ, ਮੈਂ ਮੇਰੇ ਨਾਲ ਦਾ ਜੋ ਮਾਲੀ ਆ। ਹਾਂਜੀ ਹਾਂਜੀ, ਅਤੇ ਇਹ ਪਲੈਨਿੰਗ ਬਣਾਈ ਸੀ ਕਿਹਾ, ਮਤਲਬ ਪਹਿਲੇ ਅਸੀਂ ਨੋਰਮਲੀ ਸੀ ਥੱਲੇ ਲਾਉਂਦੇ। ਅੱਛਾ ਜੀ, ਅਤੇ ਮੈਂ ਕਿਹਾ ਇੱਦਾਂ ਬਣਾਉਂਦੇ ਹਾਂ ਅਤੇ ਨੈਕਸਟ ਵਾਰ ਅਸੀਂ ਅੱਗੇ ਵੀ ਬਣਾਉਣਾ ਆ। ਠੀਕ ਹੈ। ਇਹ ਬੁੱਟ ਇਹ ਹੈਗਾ ਫਾਈਕਸ ਜਿਹੜਾ। ਹਾਂਜੀ, ਦੀਵਾਰ ਜੀ ਬਣੀ ਹੈ ਨਾ? ਹਾਂਜੀ, ਫਾਈਕਸ। ਹਾਂਜੀ। ਅੱਛਾ ਜੀ, ਇਹ ਕਿ ਨਾਮ, 10-12 ਦਿਨ ਬਾਅਦ ਪੂਰਾ ਭਰ ਜਾਣਾ, ਪੱਤੇ ਨਵੇਂ ਆ ਕੇ ਪੂਰਾ ਸੋਹਣਾ ਲੱਗ ਜਾਣਾ। ਅੱਛਾ ਜੀ, ਅੱਛਾ ਅੱਛਾ, ਆਹ ਕਿਹੜਾ ਫੁੱਲ ਹੈ ਜੀ? ਇਹ ਡੇਲੀਆ। ਅੱਛਾ, ਉਹਦਾ ਪਿੱਛੇ ਦਿਖਾਇਆ ਤੁਸੀਂ ਮੈਨੂੰ? ਹਾਂ, ਉਹ ਡੇਲੀਆ। ਹਾਂ, ਛੋਟਾ ਹੈ, ਡੇਲੀਆ ਹੈ ਸਾਰਾ। ਠੀਕ ਹੈ, ਠੀਕ ਹੈ, ਠੀਕ ਹੈ। ਨਹੀਂ, ਚਲੋ ਬਹੁਤ ਵਧੀਆ। ਹੋਰ ਭਰਾ ਜੀ ਕੀ ਹਾਲ ਜੀ? ਹੋਰ ਇਸੇ ਪਿੰਡ ਤੋਂ ਤੁਸੀਂ? ਅੱਛਾ, ਤੁਹਾਡਾ ਪਾਰਕ ਬੜਾ ਸੋਹਣਾ ਆ। ਆਹੋ, ਮੈਂ ਇਹ ਚਲੋ ਇੱਕ ਮੇਰੀ ਰਿਕੁਐਸਟ ਆ ਤੁਹਾਨੂੰ ਵੀ, ਬੱਚਿਓ ਇਹਨਾਂ ਚੀਜ਼ਾਂ ਨੂੰ ਖਰਾਬ ਨਹੀਂ ਕਰਨਾ, ਠੀਕ ਹੈ ਨਾ? ਕਿਉਂਕਿ ਇੱਦਾਂ ਹੁੰਦਾ ਕਈ ਵਾਰੀ ਬੱਚੇ ਖੇਡਦੇ ਆ ਨਾ, ਤਾਂ ਜਿੱਦਾਂ ਮੰਨ ਲਓ ਕੁਛ ਵੀ ਖੇਡਦੇ ਤਾਂ ਬੂਟਿਆਂ ਦਾ ਧਿਆਨ ਨਹੀਂ ਰੱਖਦੇ, ਤੋੜ ਦਿੰਦੇ ਆ। ਜੇ ਤੁਸੀਂ ਧਿਆਨ ਰੱਖੋਗੇ ਨਾ, ਅਗਲੇ ਸਾਰੀਆਂ ਆਉਣ ਵਾਲੀਆਂ ਜਨਰੇਸ਼ਨਾਂ ਧਿਆਨ ਰੱਖਣਗੀਆਂ। ਕਿਉਂ ਜੀ? ਹਾਂਜੀ ਹਾਂਜੀ, ਇਹ ਗੱਲ ਮੈਂ ਦੇਖੀ ਵੀ, ਜੇ ਆਪ ਇੱਕ ਇੱਕ ਜਨਰੇਸ਼ਨ ਸਾਡੀ ਚੰਗਾ ਕੰਮ ਕਰੇ ਨਾ, ਤਾਂ ਉਹ ਤੋਂ ਫਿਰ ਅਗਲੀ ਜਨਰੇਸ਼ਨ ਸਿੱਖਦੀ ਆ, ਅੱਗੇ ਇਹਨਾਂ ਨੇ ਸੰਭਾਲਣਾ ਆ। ਮੈਂ ਉਹੀ ਕਹਿੰਦਾ ਨਾ, ਹਾਂਜੀ ਹਾਂਜੀ, ਇਹਨਾਂ ਨੂੰ ਇਹਨਾਂ ਦੀ ਵੈਲਿਊ ਪਤਾ ਹੋਊਗੀ, ਕਿੰਨਾ ਕਿੰਨਾ ਸੋਹਣਾ ਲੱਗਦਾ। ਇਹ ਹੁਣ ਬਹੁਤ ਜਗ੍ਹਾ ਜਾਣੀ ਵੀਡੀਓ ਇਹ ਤੁਹਾਡੀ, ਇਹ ਨਾ ਕਿਹੜੀ ਕਲਾਸ 'ਚ ਪੜ੍ਹਦੇ ਤੁਸੀਂ? ਅੱਛਾ, ਛੁੱਟੀਆਂ ਹੋ ਗਈਆਂ? ਨਹੀਂ, ਹੁਣ ਤਾਂ ਪੇਪਰ ਹੋ ਗਿਆ ਕਿ ਚੱਲਦੇ ਆ? ਅੱਛਾ, ਕਿਆ ਬਾਤ ਆ, ਕਿਹੜੇ ਸਕੂਲੇ ਪੜ੍ਹਦੇ? ਉੱਦਾਂ ਹਾਂ ਹੈਗਾ ਇੱਥੇ ਬਾਰ ਬਾਰ, ਹੈ ਨਾ? ਚਲੋ ਵਧੀਆ, ਨਿਆਰੇ। ਇਹ ਹੈਗਾ ਸਾਲਵੀਆ। ਅੱਛਾ ਜੀ, ਇਹ ਫੁੱਲ ਸਾਲਵੀਆ। ਠੀਕ, ਇਹ ਫੁੱਲ ਮਤਲਬ 1.5 ਮਹੀਨੇ ਤੱਕ ਖਿੜਿਆ ਰਹਿੰਦਾ। ਅੱਛਾ ਜੀ। ਹਾਂਜੀ, ਠੀਕ ਆ, ਠੀਕ ਆ, ਚਲੋ ਬਹੁਤ ਵਧੀਆ ਜੀ, ਬਹੁਤ ਸੋਹਣਾ। ਉਹ ਲਾਲ ਚਿੱਟੇ ਫੁੱਲ ਹੈਗੇ, ਲੈਂਥਸ। ਅੱਛਾ, ਕਿਹੜੇ ਦਿਖਾ ਆਇਓ ਜਰਾ? ਹਾਂਜੀ, ਜਿਹੜੇ ਉਹ ਉਰੇ ਉਰੇ ਆ ਨਾ? ਹਾਂਜੀ ਹਾਂਜੀ, ਉਰੇ ਉਰੇ ਆ, ਇਹ ਲੈਂਥਸ ਵਾ। ਅੱਛਾ ਅੱਛਾ, ਉਦੋਂ ਮੈਂ ਗੱਲ ਪੁੱਛਣਾ ਚਾਹੁੰਦਾ ਤੁਹਾਨੂੰ ਨਾਲ, ਇਹਨਾਂ ਦੀ ਕੋਈ ਮੈਡੀਸੀਨਲ ਵੈਲਿਊ ਵੀ ਆ? ਇਹਨਾਂ ਦੀ ਮੈਡੀਸਨ ਫੁੱਲ ਇਹ ਜਸਟ ਸਜਾਵਟ ਨੂੰ ਹੀ ਆ, ਸਜਾਵਟ ਲਈ ਆ। ਅੱਛਾ ਅੱਛਾ, ਮੈਡੀਸਨ ਤੁਹਾਨੂੰ ਉੱਥੇ ਦਿਖਾਵਾਂਗੇ ਕਿਦਮ ਜੰਗਲ ਤੇ। ਅੱਛਾ ਜੀ, ਅੱਛਾ, ਪਟੋਨੀਆ ਹੈ ਨਾ ਸਾਰਾ? ਇਹ ਦੇਸੀ ਆ। ਅੱਛਾ ਜੀ, ਇਹਦਾ ਫੁੱਲ ਛੋਟਾ ਹੁੰਦਾ ਲੇਕਿਨ ਬਹੁਤ ਮਤਲਬ ਕਾਫੀ ਚੇਤਕ ਰਹਿੰਦਾ ਫੁੱਲ ਆ। ਠੀਕ ਹੈ, ਠੀਕ ਹੈ, ਨਹੀਂ ਬਹੁਤ ਵਧੀਆ, ਬਹੁਤ ਸੋਹਣਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਪਾਰਕ ਵਧੀਆ ਬਣਿਆ, ਬਹੁਤ ਸੋਹਣਾ। ਕਿਹੜੀ ਕਲਾਸ ਪੜ੍ਹਦੇ ਤੁਸੀਂ? ਕਿਹੜੀ ਕਲਾਸ ਜੀ? ਅੱਛਾ, 10th, ਬਹੁਤ ਵਧੀਆ, ਬਹੁਤ ਵਧੀਆ।
ਪਾਰਕ ਬਹੁਤ ਸੋਹਣਾ ਲੱਗਾ, ਮਨ ਖੁਸ਼ ਹੋ ਜਾਂਦਾ ਇੱਥੇ ਆ ਕੇ। ਮੈਂ ਤਾਂ ਕਹਿੰਦਾ ਇਹ ਜਦੋਂ ਕਿਤੇ ਕਿਸ ਟਾਈਮ 'ਤੇ ਖੁਸ਼ਬੂ ਵੀ ਬਹੁਤ ਵਧੀਆ ਦਿੰਦੇ ਹੋਣੇ ਕਿਸੇ ਟਾਈਮ 'ਤੇ। ਹਾਂਜੀ, ਖੁਸ਼ਬੂ ਜਿੱਦਾਂ ਕੁਛ ਕੁ ਸਾਡੇ ਬੂਟੇ ਹੁੰਦੇ ਆ ਦੇ ਟਾਈਮ 'ਤੇ ਹੁੰਦਾ, ਕਾਫੀ ਤਾਜ਼ੀ ਹਵਾ ਹੁੰਦੀ ਨਾ। ਹਾਂਜੀ ਹਾਂਜੀ, ਉਸ ਵੇਲੇ ਹੁੰਦੀ ਖੁਸ਼ਬੂ। ਜਿੱਦਾਂ ਕੋਈ ਰਾਤ ਦੀ ਰਾਣੀ ਹੁੰਦੀ ਆ, ਉਹਦੇ ਰਾਤ ਨੂੰ ਬੜੀ ਵਧੀਆ ਖੁਸ਼ਬੂ ਹੁੰਦੀ ਆ। ਬੈਕ ਸਾਈਡ 'ਤੇ ਲਾਈ ਆ, ਉਹ ਵੀ ਲਾਈ ਆ। ਅੱਛਾ, ਉਹਨੇ ਵਧੀਆ ਆਪਣਾ ਮੰਦਰ ਵਾਲੀ ਜਗ੍ਹਾ। ਠੀਕ ਹੈ, ਇਹ ਹੈਗੀ ਜਗ੍ਹਾ ਮੰਦਰ ਦੀ। ਅੱਛਾ ਜੀ, ਅੱਛਾ ਜੀ, ਠੀਕ ਹੈ ਠੀਕ ਹੈ ਠੀਕ ਹੈ। ਅਤੇ ਇੱਥੇ ਪ੍ਰੋਗਰਾਮ ਹੁੰਦੇ, ਮੰਦਰ ਪੰਡੋਰੀ ਤੋਂ ਆਉਂਦੇ ਆ ਗੁਰੂ ਮਹਾਰਾਜ। ਗਿਆ ਮੈਂ ਉੱਥੇ ਗੁਰਦਾਸਪੁਰ ਮੰਦਰਾਂ ਦੀ ਮੰਡੋਰੀ। ਹਾਂਜੀ, 21-22 ਨੂੰ ਪ੍ਰੋਗਰਾਮ ਇੱਥੇ ਹੈਗਾ। ਅੱਛਾ, ਉਸ ਪ੍ਰੋਗਰਾਮ ਦੀ ਤਿਆਰੀ ਵਿੱਚ ਇਹ ਬੂਟੇ ਲਾਏ ਜਾਂਦੇ ਆ। ਚਲੋ, ਨਹੀਂ ਬਹੁਤ ਸੋਹਣਾ। ਕੀ ਖੇਡਦੇ ਹੁੰਦੇ ਆ, ਕੀ ਖੇਡਣਾ ਪਸੰਦ ਆ ਤੁਹਾਨੂੰ? ਹੈ ਫੁੱਟਬਾਲ ਖੇਡਣਾ ਪਸੰਦ ਆ? ਬਾਹਰਲੇ ਦੇਸ਼ਾਂ 'ਚ ਬਹੁਤ ਜ਼ਿਆਦਾ ਕਰੇਜ਼ ਹੈ ਇਹਦਾ। ਅੱਛਾ ਜੀ, ਕਿਹੜਾ ਕਹਿੰਦੇ ਸੀ ਇਹਨੂੰ ਜੀ? ਫਲਾਵਰ ਕੀ ਆ ਇਹਨੂੰ? ਇਹਨੂੰ ਫੁੱਲ ਵੀ ਲੱਗਦਾ ਜੀ? ਫੁੱਲ ਨਹੀਂ ਲੱਗਦਾ, ਇੱਦਾਂ ਲੱਗਦਾ, ਬਹੁਤ ਸੋਹਣਾ ਲੱਗਦਾ ਦੇਖਣ ਨੂੰ ਬਿਸਲ ਮਾਰ ਕੇ ਆਇਆ। ਅੱਛਾ, ਚਲੋ, ਮੋਰ ਪੰਖ ਆਇਆ। ਅੱਛਾ, ਆਹ ਕਹਿੰਦੇ ਤੁਸੀਂ ਹੈ ਨਾ, ਆਹ ਵਾਲਾ? ਹਾਂਜੀ ਹਾਂ, ਜਿਹਨੂੰ ਵਿੱਦਿਆ ਪੜ੍ਹਾਈ ਕਹਿੰਦੇ ਆਪਾਂ। ਹਾਂਜੀ 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 ਹਾਂ, ਮੈਨੂੰ ਯਾਦ ਆ ਵੀ ਆਪਾਂ ਕਿਤਾਬਾਂ 'ਚ ਰੱਖੀਦਾ ਹੁੰਦਾ, ਪੜ੍ਹਾਈ ਆ ਜਾਵੇ ਜੀ, ਕਾਪੀਆਂ 'ਚ ਰੱਖਣਾ, ਕਿਤਾਬਾਂ 'ਚ ਰੱਖਣਾ ਇਹਨੂੰ। ਚਲੋ, ਅਤੇ ਉਹ ਦਿਖਾਉਣ ਲੱਗੇ ਸੀ ਤੁਸੀਂ ਮੈਨੂੰ ਅੱਗੇ, ਹੈ ਨਾ? ਹਾਂਜੀ, ਉਹ ਤਾਂ ਨਹੀਂ ਵਿਸ ਮਾਰ ਕੇ, ਉਹ ਕੁਛ ਹੋ ਰਿਹਾ ਹੈ ਨਾ? ਨਹੀਂ ਨਹੀਂ, ਉਹ ਹੋ ਰਿਹਾ। ਅੱਛਾ, ਆ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ ਕਿ ਬੱਚੇ ਖੇਡਦੇ ਆ ਇੱਥੇ ਗਲੀਆਂ 'ਚ, ਨਹੀਂ ਤਾਂ ਫੋਨ ਫਾਨ ਲੈ ਕੇ ਬੈਠੇ ਅੱਜ ਕੱਲ੍ਹ ਤਾਂ, ਫੋਨਾਂ 'ਚ ਹੀ ਵਿਆਸਤੇ ਆ ਬੜੇ। ਹਾਂਜੀ, ਕਿਹੜਾ ਜੀ? ਆਹ ਵਾਲੇ ਹੈ ਨਾ? ਆਹਾ, ਆਹ ਵੱਖਰੀ ਚੀਜ਼ ਹੀ ਹੈ। ਟਪੋਰੀ ਆ, ਟਪੋਰੀਆ? ਹਾਂ, ਟਪੋਰੀ, ਟਪੋਰੀ, ਗੋਲਡਨ ਟਪੋਰੀ, ਟਪੋਰੀ। ਹਾਂਜੀ, ਟਪੋਰੀ ਜੀ। ਇਹਨੂੰ ਕੁਛ ਲੱਗਦਾ ਜੀ ਕਿ ਇੱਦਾਂ ਹੀ ਬਸ ਡਿਜ਼ਾਈਨ ਸਜਾਵਟ ਹੀ ਹੁੰਦੀ ਆ? ਹੈ, ਬਹੁਤ ਸੋਹਣਾ। ਹਾਂਜੀ, ਹੁਣ ਇਹ ਪੱਤੇ ਆ ਗਏ, ਇਹਦੀ ਕਟਿੰਗ ਹੋਣੀ ਬਹੁਤ ਸੋਹਣਾ ਲੱਗਣਾ, ਗੈਪ ਨਹੀਂ ਦਿਖਾਈ ਦੇਣਾ। ਠੀਕ ਹੈ ਜੀ, ਇਹ ਮਤਲਬ ਕਿੰਨੇ ਚਿਰ ਦਾ ਇਹ? ਇਹ 3-4 ਸਾਲ ਹੋ ਗਏ ਇਹਨੂੰ। ਅੱਛਾ ਜੀ, ਅਤੇ ਇਹਨਾਂ ਦੀ ਲਾਈਫ ਕਿੰਨੀ ਹੁੰਦੀ ਆ? ਲਾਈਫ ਤਾਂ ਬਹੁਤ ਹੁੰਦੀ ਆ, ਕਾਫੀ ਮੋਟੇ ਹੋ ਜਾਂਦੇ ਆ। ਅੱਛਾ ਜੀ, ਹਾਂਜੀ, ਲਾਈਫ ਤਾਂ ਬਹੁਤ ਹੁੰਦੀ ਇਹਨਾਂ ਦੀ। ਠੀਕ ਹੈ, ਠੀਕ ਹੈ, ਠੀਕ ਹੈ। ਚਲੋ, ਨਹੀਂ ਬਹੁਤ ਸੋਹਣਾ ਲੱਗਾ ਜੀ, ਬਹੁਤ ਵਧੀਆ। ਮੈਂ ਤਾਂ ਕਹਿੰਦਾ ਪਿੰਡ ਦੇ ਵਿੱਚ ਕੋਈ ਹੋਰ ਵੀ ਵੱਡੀ ਜਗ੍ਹਾ ਹੋਵੇ ਤਾਂ ਉਹਨੂੰ ਵੀ ਸਜਾਓ। ਹਾਂਜੀ ਹਾਂਜੀ, ਵਧੀਆ, ਮਤਲਬ ਕਿ ਪੰਚਾਇਤ ਵੱਲੋਂ ਵੀ ਇਹ ਪਹਿਲ ਹੋਵੇ। ਹਾਂਜੀ ਹਾਂਜੀ, ਚਲੋ ਠੀਕ ਹੈ, ਚਲੀਏ ਜੀ। ਚਲੋ ਜੀ, ਤੁਹਾਡੇ ਦੂਜੇ ਬੂਟੇ ਦੇਖਣ। ਚੰਗਾ ਬੱਚਿਓ, ਜਾਣਾ ਉੱਧਰ? ਓ, ਉੱਧਰ ਜੰਗਲ 'ਚ ਮੈਡੀਸਨਲ ਹੈ? ਅੱਛਾ, ਉਹ ਕਿੱਥੇ ਸਿਵਿਆਂ 'ਚ ਲੱਗੇ ਹੋ? ਚਲੋ ਠੀਕ ਹੈ, ਠੀਕ ਹੈ। ਦਿਲਬਾਗ ਸਿੰਘ ਮੇਰਾ ਨਾਂ ਆ, ਪੰਜਾਬ ਪੁਲਿਸ ਦੇ ਵਿੱਚ ਮੈਂ ਅਸਿਸਟੈਂਟ ਸਬ ਇੰਸਪੈਕਟਰ ਹਾਂ। ਸਿਕਿਉਰਿਟੀ ਵਿੰਗ ਮੇਰਾ ਆ, BIB ਸਿਕਿਉਰਿਟੀ ਵਿੰਗ। ਠੀਕ ਹੈ ਜੀ, ਬਹੁਤ ਸੋਹਣਾ ਜੀ। ਹਾਂਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਕੁੰਟਾ ਪਿੰਡ ਦੇ ਵਿੱਚ ਅੱਜ, ਅਤੇ ਦੇਖਣ ਆਏ ਸੀਗੇ ਇੱਥੇ ਜਿਹੜੇ ਫੁੱਲ ਬੂਟੇ ਜਾਂ ਹੋਰ ਮੈਡੀਸੀਨਲ ਪਲਾਂਟਸ ਲਗਾਉਂਦੇ ਆ ਭੁਪਿੰਦਰ ਸਿੰਘ ਹੋਣੀ, ਜਿੱਦਾਂ ਉਹਨਾਂ ਨਾਲ ਆਪਾਂ ਗੱਲ ਵੀ ਕਰ ਰਹੇ ਸੀ, ਅਤੇ ਮੇਰੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਖੜੇ ਹਾਂ ਇਸ ਵੇਲੇ ਗੁਰਦੁਆਰਾ ਸਾਹਿਬ ਦੇ, ਤੁਸੀਂ ਪ੍ਰਧਾਨ ਹੋ? ਨਹੀਂ, ਪ੍ਰਧਾਨ ਨਹੀਂ, ਸੇਵਾਦਾਰ। ਅੱਛਾ, ਸੇਵਾਦਾਰ। ਪ੍ਰਧਾਨ ਅਤੇ ਸੇਵਾਦਾਰ 'ਚ ਫਰਕ ਬਹੁਤ ਬਹੁਤ ਜੀ, ਬਹੁਤ। ਮੈਨੂੰ ਸ਼ਾਇਦ ਦੱਸ ਰਹੀ ਭੁਪਿੰਦਰ ਸਿੰਘ। ਹਾਂਜੀ ਹਾਂਜੀ, ਸਾਡੇ ਪਿੰਡ ਸਭ ਤੋਂ ਵੱਡੀ ਖਾਸੀਅਤ, ਰਿਕਾਰਡਿੰਗ ਹੋ ਰਹੀ? ਹਾਂਜੀ, ਚੱਲ ਰਹੀ। ਸਭ ਤੋਂ ਵੱਡੀ ਖਾਸੀਅਤ, ਹਾਂਜੀ, ਕਿ ਗੁਰਦੁਆਰੇ ਕਮੇਟੀ ਕੋਈ। ਅੱਛਾ ਜੀ, ਸਾਰੇ ਹੀ ਪ੍ਰਧਾਨ, ਸਾਰੇ ਹੀ ਖਜ਼ਾਨਚੀ, ਸਾਰੇ ਹੀ ਸੈਕਟਰੀ ਨੇ। ਅੱਛਾ ਜੀ, ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਦਾ ਮੰਦਿਰ ਆ ਸਾਡੇ ਕੋਈ 450 ਸਾਲ ਪੁਰਾਣਾ। ਅੱਛਾ ਜੀ, ਉਹਨਾਂ ਦੀ ਕਿਰਪਾ ਦੇ ਨਾਲ ਇਹ ਪਿੰਡ ਬਰੋਸਾਇਆ ਗਿਆ। ਅੱਛਾ, ਇਹ ਜਿਹੜਾ ਪਿੰਡ ਹੈ ਪਹਿਲੇ ਚੋਹ ਤੋਂ ਪਾਰ ਸੀ ਜਿੱਥੇ ਜੰਗਲ ਹੈ। ਠੀਕ ਹੈ ਜੀ, ਇਸ ਪਿੰਡ ਦੇ ਵਿੱਚ ਯਾਨੀ ਕਿ ਕੰਸਟਰਕਸ਼ਨ ਨਹੀਂ ਹੁੰਦੀ ਸੀ, ਜੇ ਅਗਰ ਹੁੰਦੀ ਸੀ ਤਾਂ ਉਹ ਥੇ ਹੋ ਜਾਂਦੀ ਸੀ। ਅੱਛਾ ਜੀ, ਅਤੇ ਸਾਡੇ ਬਜ਼ੁਰਗਾਂ ਨੇ ਮਤਲਬ ਯਾਦ ਕੀਤਾ ਗੁਰੂ ਮਹਾਰਾਜ ਜੀ ਨੂੰ, ਠੀਕ ਹੈ ਜੀ, ਬਾਬਾ ਹਰੀ ਰਾਮ ਜੀ ਨੂੰ, ਉਹ ਗੁਰਦਾਸਪੁਰ ਪੰਡੋਰੀ ਧਾਮ ਬਿਰਾਜਮਾਨ ਸੀ। ਹਾਂਜੀ, ਉਹ ਆਕਾਸ਼ ਮਾਰਗ ਥਾਣੀ ਇੱਥੇ ਆਏ। ਠੀਕ ਹੈ, ਉਹਨਾਂ ਨੇ ਆਣ ਕੇ ਕਿਰਪਾ ਕੀਤੀ ਇਸ ਨਗਰ ਦੇ ਉੱਤੇ ਵੀ ਇਹ ਸਾਡੇ ਹੁੰਦੇ ਆ, ਇਸ ਪਿੰਡ ਦਾ ਕੋਈ ਵੀ ਬਾਲ ਬਾਂਕਾ ਨਹੀਂ ਹੋਊਗਾ। ਠੀਕ ਹੈ, ਉਹਨਾਂ ਦੀ ਕਿਰਪਾ ਦੇ ਨਾਲ ਅੱਜ ਤੱਕ ਕੁਦਰਤੀ ਆਫਤ ਕੋਈ ਵੀ ਆ ਜਾਏ। ਅੱਛਾ ਜੀ, ਲੇਕਿਨ ਸਾਡੇ ਪਿੰਡ ਦੇ ਛੂੰਦੀ ਤੱਕ ਨਹੀਂ। ਆ ਕਰੋਨਾ ਕਾਲ ਆਇਆ। ਹਾਂਜੀ ਹਾਂਜੀ, ਇੱਕ ਵਾਰੀ ਸਿਹੜਾ ਨਾਂ ਦੀ ਇੱਕ ਚੀਜ਼ ਸੀ ਬਜ਼ੁਰਗਾਂ ਦੇ ਟਾਈਮ, ਸਿਹੜਾ ਹੁੰਦੀ ਸੀ। ਹਾਂਜੀ, ਉਹ ਆਈ ਗੁਰੂ ਮਹਾਰਾਜ ਦੀ ਕਿਰਪਾ ਨਾਲ, ਸਾਡੇ ਪਿੰਡ ਕੋਈ ਅਟੈਕ ਨਹੀਂ ਕੀਤਾ, ਆਲੇ ਦੁਆਲੇ ਜਿੰਨੇ ਪਿੰਡ ਸੀ ਉਹਨਾਂ ਦਾ ਨੁਕਸਾਨ ਬਹੁਤ ਕੀਤਾ, ਉਹ ਯਾਨੀ ਫਸਲਾਂ ਖਾ ਜਾਂਦੀ ਸੀ।
ਉਹ ਟਿੱਡਾ ਤਾਂ ਟਿੱਡਾ ਟਿੱਡੀ ਦਲ ਕਹਿ ਲਓ ਉਹਨੂੰ, ਹੁਣ ਅੱਜ ਦੀ ਡੇਟ ਦੇ ਵਿੱਚ ਉਹਨੂੰ ਟਿੱਡੀ ਦਲ ਕਿਹਾ ਜਾਂਦਾ, ਲੇਕਿਨ ਉਹ ਸਿਲਾ ਨਾਂ ਦੀ ਚੀਜ਼ ਹੁੰਦੀ, ਟਿੱਡੀ ਨਾਲੋਂ ਛੋਟਾ ਹੁੰਦਾ ਜੀਵ ਉਹ। ਅੱਛਾ ਜੀ, ਮਤਲਬ ਉਹ ਜਿੱਥੋਂ ਦੀ ਵੀ ਐਂ ਲੰਘ ਗਿਆ ਨਾ ਜੀ, ਉਹ ਸਾਰਾ ਕੁਛ ਇਕੱਠਾ ਕਰਕੇ ਲੈ ਜਾਂਦਾ। ਜੇ ਫਸਲ ਤੋਂ ਦੀ ਲੰਘ ਗਿਆ ਤਾਂ ਫਸਲ ਦਾ ਨੁਕਸਾਨ ਹੋ ਜਾਣਾ, ਜੇ ਕਿਸੇ ਜੀਵਾਂ ਤੋਂ ਦੀ ਲੰਘ ਗਿਆ ਤਾਂ ਜੀਵਾਂ ਨੂੰ ਮਤਲਬ ਬਿਮਾਰੀ ਲੱਗ ਜਾਊਗੀ ਜਾਂ ਉਹਨਾਂ ਦਾ ਨੁਕਸਾਨ ਹੋ ਜਾਊਗਾ। ਅਤੇ ਗੁਰੂ ਮਹਾਰਾਜ ਜੀ ਦੀ ਬਾਬਾ ਹਰੀ ਰਾਮ ਜੀ ਦੀ ਕਿਰਪਾ ਦੇ ਨਾਲ ਇਹ ਨਗਰ ਜਿਹੜਾ ਵਰਸੋਇਆ ਗਿਆ ਹੈ। ਅਸੀਂ ਤਾਂ ਉਹਨਾਂ ਬਜ਼ੁਰਗਾਂ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਜਾਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਨਗਰ ਵਸਿਆ। ਇਸ ਨਗਰ ਦੇ ਵਿੱਚ ਕਦੀ ਅੱਜ ਤੱਕ ਕੋਈ ਕੁਦਰਤੀ ਆਫਤ ਆਪਣਾ ਪ੍ਰਕੋਪ ਨਹੀਂ ਦਿਖਾ ਸਕੀ। ਬਹੁਤ ਵੱਡੀ ਗੱਲ ਆ ਜੀ। ਔਰ ਸਾਡੇ ਇੱਥੇ ਮਤਲਬ ਹਰੇਕ ਸਾਲ ਹੋਲੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਗੁਰੂ ਮਹਾਰਾਜ ਸਤਿਗੁਰੂ ਰਘਵੀਰ ਦਾਸ ਜੀ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਮਨਾਇਆ ਜਾਂਦਾ। ਅੱਛਾ ਜੀ। ਜਿਹਦੇ ਵਿੱਚ ਜੰਮੂ ਤੋਂ, ਦਿੱਲੀ ਤੋਂ, ਅਮਰੀਕਾ, ਕੈਨੇਡਾ, ਇੰਗਲੈਂਡ, ਦੂਰ ਦਰੇਡੇ ਤੋਂ ਸੰਗਤਾਂ ਸ਼ਿਰਕਤ ਕਰਦੀਆਂ ਆ। ਠੀਕ ਹੈ। ਔਰ ਬੜੀ ਸ਼ਰਧਾ ਦੇ ਨਾਲ ਮਤਲਬ 21-22-23 ਮਾਰਚ ਦਾ ਐਤਕੀ ਸਾਨੂੰ ਡੇਟ ਮਿਲੀ ਆ। ਔਰ 21 ਤਰੀਕ ਨੂੰ ਸ਼੍ਰੀ ਰਮਾਇਣ ਜੀ ਦੇ ਅਖੰਡ ਜਾਪ ਪ੍ਰਾਰੰਭ ਹੋ ਜਾਣੇ ਮੰਦਰ 'ਤੇ। ਠੀਕ ਹੈ ਜੀ। ਉਹਨਾਂ ਦੇ ਜਿਹੜੇ ਭੋਗ ਨੇ ਉਹ 22 ਤਰੀਕ ਨੂੰ ਪਾਉਣੇ ਗੁਰੂ ਮਹਾਰਾਜ ਦੀ ਸਰਪ੍ਰਸਤੀ ਹੇਠ। ਅੱਛਾ ਜੀ। ਅਤੇ 22 ਤਰੀਕ ਨੂੰ ਹੀ ਦੁਪਹਿਰ ਨੂੰ ਸੰਕੀਰਤਨ ਹੋਵੇਗਾ, ਪ੍ਰਵਚਨ ਹੋਣੇ, ਉਸ ਤੋਂ ਬਾਅਦ ਹੋਲੀ ਦਾ ਤਿਉਹਾਰ। ਯਾਨੀ ਕਿ ਜਿਹੜਾ ਪੰਜਾਬ ਭਰ ਵਿੱਚ ਸਭ ਨਾਲ ਵਿਸ਼ਾਲ ਆ, ਮਤਲਬ ਕੁਇੰਟਲਾਂ ਦੀ ਤਾਦਾਦ 'ਚ ਰੰਗ ਲੱਗਦੇ ਨੇ ਔਰ ਕੁਇੰਟਲਾਂ ਦੀ ਤਾਦਾਦ ਦੇ ਵਿੱਚ ਹੀ ਫੁੱਲ ਲੱਗਦੇ ਨੇ। 21 ਤਰੀਕ ਨੂੰ ਗੁਰੂ ਮਹਾਰਾਜ ਨੇ ਆਉਣਾ ਆ, 22 ਨੂੰ ਰਮਾਇਣ ਜੀ ਦੇ ਭੋਗ ਤੋਂ ਬਾਅਦ ਸੰਕੀਰਤਨ, ਪ੍ਰਵਚਨ, ਉਸ ਤੋਂ ਬਾਅਦ 1 ਵਜੇ ਹੋਲੀ ਦਾ ਤਿਉਹਾਰ ਜਿਹੜਾ ਹੈਗਾ ਉਹ ਮਨਾਇਆ ਜਾਣਾ। ਠੀਕ ਹੈ ਜੀ। ਚਲੋ ਨਹੀਂ, ਇਹ ਬਹੁਤ ਸੋਹਣਾ ਲੱਗਾ ਮੈਨੂੰ ਇਹ ਜਾਣ ਕੇ ਪਿੰਡ ਦੀ, ਜਿੱਦਾਂ ਇੱਕ ਤੁਸੀਂ ਕਿਹਾ ਵੀ ਜਿੱਦਾਂ ਗੁਰਦੁਆਰਾ ਸਾਹਿਬ ਦੀ ਕੋਈ ਕਮੇਟੀ ਨਹੀਂ, ਮੰਦਰ ਦੀ ਕੋਈ ਕਮੇਟੀ ਨਹੀਂ, ਬਾਕੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੰਦਰ ਦਾ ਜੋ ਕੈਸ਼ ਦਾ ਖਰਚ ਦਾ ਇੱਦਾਂ ਹੀ ਗੁਰੂ ਘਰ ਦਾ ਦਾਸ ਨੂੰ ਇਹ ਸੇਵਾ ਮਿਲੀ ਹੋਊਗਾ। ਅੱਛਾ ਜੀ। ਇੰਪਲਾਈਜ਼ ਮੈਂ ਪੰਜਾਬ ਪੁਲਿਸ 'ਚ ਹਾਂ, ਸਿਕਿਉਰਿਟੀ ਦੇ ਵਿੱਚ ਮੇਰਾ ਵਿੰਗ ਹੈ ਐਂਟੀ ਸਭੋਤਾਜ, ਔਰ ਸੇਵਾ ਗੁਰੂ ਮਹਾਰਾਜ ਜਦੋਂ ਲੈਂਦੇ ਆ ਤਨ ਮਨ ਨਾਲ ਕਰੀਦੀ ਹੈ। ਔਰ ਬੱਚੇ ਸਾਡੇ ਇੰਨੇ ਵਧੀਆ ਨੇ, ਕਿਸੇ ਨੂੰ ਵੀ ਅੱਧੀ ਰਾਤ ਨੂੰ ਵੀ ਆਵਾਜ਼ ਮਾਰੀਏ ਬੇਟਾ ਆਹ ਕੰਮ ਕਰਨਾ, ਅਤੇ ਉਹ ਮਤਲਬ ਬਿਨਾਂ ਮਾਂ ਪਿਓ ਦੇ ਪੁੱਛੇ ਤੋਂ ਗੁਰਦੁਆਰਾ ਸਾਹਿਬ ਮੰਦਰ ਦੌੜ ਕੇ ਆਉਂਦੇ ਨੇ। ਮਤਲਬ ਬਹੁਤ ਸਹਿਯੋਗ ਹੈ ਸਾਨੂੰ। ਨਹੀਂ, ਮੈਂ ਇੱਥੇ ਇੱਕ ਬਹੁਤ ਵਧੀਆ ਚੀਜ਼ ਦੇਖੀ ਆ ਕੇ, ਮੈਂ ਪਾਰਕ ਦੇਖਣ ਗਿਆ, ਬੱਚੇ ਉੱਥੇ ਇਕੱਠੇ ਹੋ ਗਏ। ਹਾਂਜੀ 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 ਹਾਂਜੀ। ਤੇ ਬੱਚੇ ਗੱਲ ਕਰਨ ਨੂੰ ਬੜੇ ਸਿੰਸੀਅਰ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ। ਇਹ ਸਾਡੇ 5 ਪਿਆਰੇ ਨੇ, ਇਹ ਵਾਲਾ, ਇਹ ਵਾਲਾ, ਇਹ ਵਾਲਾ, ਵੀ 5 ਪਿਆਰਿਆਂ 'ਚ ਸ਼ੋਭਤ ਹੁੰਦਾ, ਸ਼ਾਮਿਲ ਹੁੰਦਾ। ਹਾਂ, ਇਹ ਵੀ 5 ਪਿਆਰਿਆਂ 'ਚ ਸ਼ਾਮਿਲ ਹੁੰਦੇ, ਉਹ ਵੀ ਹੁੰਦੇ ਆ, ਇਹ ਵੀ ਹੁੰਦੇ ਆ, ਔਰ ਹੋਰ ਛੋਟੇ ਭਚੰਗੀ ਸਿੰਘ ਨੇ। ਮਤਲਬ ਇਹ 5 ਪਿਆਰਿਆਂ 'ਚ ਨਿਸ਼ਾਨ 'ਚ ਹੀ ਮਤਲਬ ਸਾਨੂੰ ਇਹ ਸਹਿਯੋਗ ਦਿੰਦੇ ਆ। ਅਤੇ ਅਸੀਂ ਗੁਰੂ ਮਹਾਰਾਜ ਜੀ ਦਾ ਜਦੋਂ ਵੀ ਕੋਈ ਵੀ ਨਗਰ ਕੀਰਤਨ, ਖਾਸ ਗੱਲ ਗੁਰਦੁਆਰਾ ਸਾਹਿਬ ਵਿਖੇ, ਕੋਈ ਭਿੰਨ ਭੇਦ ਨਹੀਂ ਹੈ, ਨਾ ਸਿੱਖ ਦਾ ਨਾ ਮੋਨੇ ਦਾ। ਠੀਕ ਹੈ ਜੀ। ਖਾਸ ਕਰਕੇ ਸ਼ਿਵਰਾਤਰੀ, ਜਨਮਅਸ਼ਟਮੀ, ਰਾਮਨੌਮੀ ਤਿਉਹਾਰ ਗੁਰਦੁਆਰਾ ਸਾਹਿਬ ਲੰਗਰ ਤਿਆਰ ਹੁੰਦੇ ਆ, ਮੰਦਰ 'ਤੇ ਜਾ ਕੇ ਵਰਤਾਏ ਜਾਂਦੇ ਆ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, ਧੰਨ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆ, ਹੁਣੇ ਮਨਾ ਕੇ ਹਟੇ ਹਾਂ। ਸਾਡੇ ਪਿੰਡ ਕੋਈ ਭਿੰਨ ਭੇਦ ਨਹੀਂ, ਔਰ ਖਾਸ ਗੱਲ ਇੱਕੋ ਹੀ ਗੁਰਦੁਆਰਾ ਸਾਹਿਬ ਸਾਡੇ ਪਿੰਡ। ਮੈਂ ਉਦਾਂ ਨਾ ਇਹੀ ਗੱਲ ਪੁੱਛਣ ਲੱਗਾ ਸੀਗਾ ਤੁਹਾਡੇ ਕੋਲੋਂ। ਹਾਂਜੀ ਹਾਂਜੀ। ਕਿ ਕਿੰਨੇ ਗੁਰਦੁਆਰੇ ਆ, ਇੱਦਾਂ ਤਾਂ ਨਹੀਂ ਕਿ ਹੋਰਾਂ ਕਈ ਪਿੰਡਾਂ ਦੇ ਵਿੱਚ 4-4 ਗੁਰਦੁਆਰੇ? ਨਹੀਂ ਜੀ, ਨਹੀਂ ਨਹੀਂ। ਇੱਕ ਉੱਧਰ ਉਹਨਾਂ ਨੇ ਅਲੱਗ ਬਣਾ ਲਿਆ, ਉਹਨਾਂ ਨੇ ਅਲੱਗ ਬਣਾ ਲਿਆ, ਮੈਨੂੰ ਇਹ ਗੱਲ ਚੰਗੀ ਲੱਗਦੀ ਨਹੀਂ। ਉਹਦਾ ਕਾਰਨ ਇਹ ਆ ਵੀ ਜਦੋਂ ਸਵੇਰੇ 3-3 ਸਪੀਕਰ ਵੱਜ ਰਹੇ ਹੁੰਦੇ ਆ, ਨਹੀਂ ਜੀ ਨਹੀਂ ਨਹੀਂ, ਬੋਲੇ ਚੰਗਾ ਨਹੀਂ ਲੱਗਦਾ, ਕਿਉਂਕਿ ਸਾਡੇ ਪਿੰਡ ਗੁਰਦੁਆਰਾ ਇੱਕੋ ਹੀ ਨੇ। ਇੱਥੇ ਕੋਈ ਇੱਦਾਂ ਦਾ ਭਿੰਨ ਭੇਦ ਨਹੀਂ ਗਾ ਵੀ ਇਹ ਉੱਚੀ ਜਾਤ ਕਿ ਨੀਵੀਂ ਜਾਤ। ਇੱਥੇ ਮਤਲਬ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਸਾਡੇ ਗੁਰੂ ਸਾਹਿਬਾਨ ਦੇ ਨਾਲ ਸਾਨੂੰ ਮਿਲਿਆ। ਇਹ ਗੁੰਮੜ ਦੀ ਸੇਵਾ ਵੀ ਸਾਡੇ ਗੁਰੂ ਮਹਾਰਾਜ ਨੇ ਕਰਵਾਈ ਆ, ਪੰਡੋਰੀ ਧਾਮ ਵਾਲਿਆਂ ਨੇ। ਕਿਆ ਬਾਤ ਹੈ। ਹਾਂਜੀ, ਚਲੋ ਮੇਰਾ ਉੱਦਾਂ ਨਾ ਮੌਕਾ ਲੱਗਾ ਮੈਨੂੰ। ਠੀਕ ਹੈ। ਪੰਡੋਰੀ ਧਾਮ, ਸ਼੍ਰੀ ਪੰਡੋਰੀ ਧਾਮ ਜਾਣ ਦਾ ਗੁਰਦੁਆਰਾ 2 ਵਾਰੀ ਜਾ ਕੇ ਆਇਆ ਮੈਂ ਉੱਥੇ। ਠੀਕ ਹੈ ਜੀ, ਠੀਕ ਹੈ। ਪਿੱਛੇ ਜੰਗਲ ਥੋੜਾ ਜਿਹਾ ਦੇਖਿਆ। ਜੰਗਲ, ਹਾਂਜੀ, ਬਹੁਤ ਵਿਸ਼ਾਲ ਆ ਜੰਗਲ ਜੀ ਉਹ। ਉੱਥੇ ਲਿਖਿਆ ਹੋਇਆ ਕਿ ਅੱਗੇ ਨਾ ਜਾਓ, ਮਤਲਬ ਕੁਛ ਅੰਦਰ ਕੁਛ ਹੈ, ਜਾਨਵਰ ਹੈਗੇ ਨੇ, ਪਰ ਜਿਹੜੀ ਉਹ
ਮਹਾਰਾਜ ਜੀਤ ਸਿੰਘ ਦੀ ਬਣਾਈ ਸਟਰਕਚਰ ਆ ਜੀ 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 ਉਹਦਾ ਗੇਟ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਲੈਣੇ ਆ ਕਿ ਵੀ ਕਿੱਡੀ ਅੰਦਰ ਵਿਸ਼ਾਲ ਵਿਸ਼ਾਲ ਹਾਂਜੀ ਹਾਂਜੀ ਅੰਦਰ ਇੰਨਾ ਕੁਛ ਆ ਨਾ ਜੀ 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 ਬਹੁਤ ਜੀ ਜੋ ਜਹਾਂਗੀਰ ਨੇ ਜ਼ਹਿਰ ਦੇ ਪਿਆਲਿਆਂ ਵਾਲੀ ਗੱਲ ਸੀ ਉਹ ਸਾਰੀ ਮੈਂ ਪੜ੍ਹੀ ਉੱਤੇ ਬਾਬਾ ਮਹੇਤਾ ਜੀ ਦੀ ਕੁਟਿਆ ਸੀਗੀ ਉਹਨੂੰ ਸਵਾ ਮਣ ਫੀਮ ਖਵਾਈ ਗਈ ਬਿਲਕੁਲ ਜੀ ਤੇ ਉਹ ਫਿਰ ਵੀ ਪੂਛਾ ਲਾਉਂਦੀ ਰਹੀ ਮੈਂ ਆਪਣੀ ਵੀਡੀਓ ਪਾਈ ਹੈ ਜੀ ਬਣਾ ਕੇ ਖਾਸ ਤੌਰ ਤੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ 12 13 ਸ਼ਾਇਦ 14 ਮਿੰਟ ਦੀ ਵੀਡੀਓ ਪਾਈ ਹੈ ਮੈਂ ਸਾਰੀ ਠੀਕ ਹੈ ਜੀ ਠੀਕ ਹੈ ਬਾਹਰ ਇੱਕ ਜਿਹੜੇ ਆਪਣੇ ਦਿਮਾਗ ਚੋਂ ਨਿਕਲੀ ਜਾਂਦਾ ਸਰਦਾਰ ਜੀ ਬਾਹਰ ਬੈਠਦੇ ਉੱਥੇ ਤੇ ਸਰਦਾਰ ਜੀ ਉਹ ਬੈਂਕ ਮੈਨੇਜਰ ਰਿਟਾਇਰਡ ਨੇ ਉਹ ਹਾਂਜੀ ਉਹਨਾਂ ਦੀ ਇਨਫੋਰਮੇਸ਼ਨ ਥੋੜੀ ਜਿਹੀ ਮਤਲਬ ਉਹਦਾ ਕਾਰਨ ਆ ਜੀ ਇਸੇ ਕਰਕੇ ਕਹਿੰਦੇ ਆ ਕਿ ਜਿਹੜਾ ਇਹ ਸਥਾਨ ਆ ਸਾਡਾ ਗੁਰੂ ਮਹਾਰਾਜ ਜੀ ਦਾ ਇਹ ਸਰਵ ਸਾਂਝੀ ਬਾਲਤਾ ਦਾ ਹੈ ਉੱਥੇ ਕੋਈ ਹਿੰਦੂ ਸਿੱਖ ਮੁਸਲਮਾਨ ਕੋਈ ਕਿਸੇ ਭਾਈਚਾਰੇ ਦੀ ਇਦਾਂ ਦੀ ਗੱਲ ਨਹੀਂ ਹੈਗੀ ਉਹ ਸਰਵ ਸਾਂਝੀ ਬਾਲਤਾ ਦਾ ਉਪਦੇਸ਼ ਦਿੰਦੇ ਨੇ ਜਦੋਂ ਗੁਰੂ ਮਹਾਰਾਜ ਜੀ ਅਚਨਚੇਤ ਵੀ ਪਿੰਡ ਆਉਣ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਵਿਖੇ ਨਮਸਕਾਰ ਕਰਦੇ ਨੇ ਗੁਰਦੁਆਰਾ ਸਾਹਿਬ ਆਉਣ ਤੋਂ ਬਾਅਦ ਮੰਦਰ ਜਾਂਦੇ ਸਭ ਤੋਂ ਵੱਡੀ ਖਾਸੀਅਤ ਇਹ ਹੈ ਹੁਣ ਜਿੱਦਾਂ ਦਿਲਬਾਗ ਸਿੰਘ ਹੁਣਾਂ ਨੇ ਸਾਨੂੰ ਦੱਸਿਆ ਕਿ ਇਸ ਕੁੰਟਾ ਪਿੰਡ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆ ਇੱਥੇ ਸਿਰਫ ਜਿੱਦਾਂ ਇਸ ਪਿੰਡ 'ਚ ਇੱਕੋ ਇੱਕ ਗੁਰਦੁਆਰਾ ਸਾਹਿਬ ਆ ਇਹ ਤੋਂ ਸਿੱਖਣ ਦੀ ਲੋੜ ਆ ਸਾਨੂੰ ਸਾਡੇ ਸਮਾਜ ਨੂੰ ਇਸ ਚੀਜ਼ ਤੋਂ ਸਿੱਖਣ ਦੀ ਲੋੜ ਆ ਇਸ ਪਿੰਡ ਤੋਂ ਸਿੱਖਣ ਦੀ ਲੋੜ ਆ ਪਿੰਡਾਂ ਬਹੁਤੇ ਪਿੰਡਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਗੁਰਦੁਆਰੇ ਆ ਇੱਕ ਗੁਰਦੁਆਰਾ ਹੋਵੇ ਤਾਂ ਬਹੁਤ ਹੀ ਮਤਲਬ ਇੱਕ ਵਧੀਆ ਗੱਲ ਹੋਵੇਗੀ ਜਿੱਦਾਂ ਇਸ ਪਿੰਡ ਦੇ ਵਿੱਚ ਤੁਹਾਨੂੰ ਦਿਲਬਾਗ ਸਿੰਘ ਹੁਣੀ ਦੱਸ ਵੀ ਰਹੇ ਸੀਗੇ ਕਿੰਨਾ ਏਕਾ ਆ ਕੋਈ ਭਿੰਨ ਭੇਦ ਨਹੀਂ ਹੈਗਾ ਕਿਸੇ ਚੀਜ਼ ਦੇ ਵਿੱਚ ਜਿੱਦਾਂ ਕੋਈ ਗਲਤ ਨਹੀਂ ਸੋਚਦਾ ਚਾਹੇ ਮੰਦਰ ਵੀ ਹੈ ਉੱਥੇ ਸਾਰੇ ਮਿਲ ਜੁਲ ਕੇ ਇੱਥੇ ਮਤਲਬ ਸਾਡਾ ਕੋਈ ਇੱਦਾਂ ਦਾ ਨਹੀਂ ਹੈਗਾ ਜੀ ਮਤਲਬ ਚਲੋ ਬਹੁਤ ਸੋਹਣਾ ਮੈਂ ਇੱਕ ਇਹ ਮੈਸੇਜ ਵੀ ਤੁਸੀਂ ਵੀ ਇਹ ਮੈਸੇਜ ਮੇਰੇ ਹਿਸਾਬ ਨਾਲ ਦੇਣਾ ਚਾਹੋਗੇ ਠੀਕ ਆ ਜੀ ਬਿਲਕੁਲ ਜੀ ਜ਼ਰੂਰ ਦੇਵਾਂਗੇ ਅਸੀਂ ਜੀ ਵੀ ਗੁਰੂ ਅਸਥਾਨ ਤਾਂ ਇੱਕੋ ਹੀ ਹੋਣਾ ਚਾਹੀਦਾ ਆ ਅਤੇ ਗੁਰੂ ਅਸਥਾਨ ਦੋ ਨਹੀਂ ਹੋਣੇ ਚਾਹੀਦੇ ਕਿਉਂਕਿ ਜਦ ਸਾਡਾ ਖੂਨ ਲਾਲ ਆ ਸਾਰਿਆਂ ਦਾ ਅਤੇ ਸਾਡੇ 'ਚ ਭਿੰਨਤਾ ਵੀ ਨਹੀਂ ਹੋਣੀ ਚਾਹੀਦੀ ਚਾਹੀਦੀ ਜੀ ਕਿਉਂਕਿ ਗ੍ਰੰਥਾਂ ਦੇ ਵਿੱਚ ਲਿਖਿਆ ਆ ਧਰਮ ਚਿੰਨ ਦਸ ਜਾਨ ਸਾਰੂ ਕਿਤਾਬਲੀ ਗ੍ਰੰਥ ਹੈ ਸੰਤਾਂ ਮਹਾਂਪੁਰਸ਼ਾਂ ਦਾ ਉਹਦੇ ਵਿੱਚ ਦੱਸਿਆ ਗਿਆ ਕਿ ਧਰਮ ਦੀ ਕੋਈ ਚਿੰਨ੍ਹ ਨਹੀਂ ਹੈ ਧਰਮ ਦਾ ਕੋਈ ਚਿੰਨ੍ਹ ਨਹੀਂ ਹੈ ਧਰਮ ਚਿੰਨ੍ਹ ਦਸ ਜਾਨ ਅਗਰ ਧਰਮ ਦੇ ਵਿੱਚ ਇਹ 10 ਚਿੰਨ੍ਹ ਆ ਤਾਂ ਉਹ ਧਰਮ ਹੈ ਜੇ ਅਸੀਂ ਅੰਮ੍ਰਿਤ ਛਕ ਲਿਆ ਤਾਂ ਸਿੱਖ ਨਹੀਂ ਹੈ ਉਹ ਸਾਡੇ ਗੁਰੂਆਂ ਨੇ ਸਾਨੂੰ ਇੱਕ ਪਹਿਰਾਵਾ ਦਿੱਤਾ ਅਗਰ ਬੋਧੀ ਹੈ ਤਾਂ ਪੰਡਤ ਹੈ ਪਰ ਗ੍ਰੰਥ ਕਹਿੰਦੇ ਆ ਕਿ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਏ ਜਿਹਨੂੰ ਬ੍ਰਹਮ ਦਾ ਗਿਆਨ ਉਹ ਬ੍ਰਾਹਮਣ ਹੈ ਧਰਮ ਦਾ ਕੋਈ ਚਿੰਨ੍ਹ ਨਹੀਂ ਹੈ ਸਿਰਫ ਨਿਸ਼ਾਨੀ ਜ਼ਰੂਰ ਹੋ ਸਕਦੀ ਹੈ ਕਿ ਦਾੜੀ ਰੱਖੀ ਆ ਸਿੱਖ ਹੈ ਕਿਰਪਾਨ ਪਾਈ ਹੈ ਅਤੇ ਉਹ ਸਿੱਖ ਹੈ ਲੇਕਿਨ ਪਰ ਗ੍ਰੰਥ ਕਹਿੰਦੇ ਆ ਧਰਮ ਚਿੰਨ੍ਹ ਦੱਸ ਜਾਣ ਜਿਹਨਾਂ ਦੇ ਵਿੱਚ ਹੈ ਦਇਆ ਕਰਨੀ ਮਿੱਠਾ ਬੋਲ ਦਾਨ ਕਰਨਾ ਤਪ ਕਰਨਾ ਨਿਮਰਤਾ ਇੱਦਾਂ ਦੇ 10 ਚਿੰਨ੍ਹ ਨੇ ਜਿਹੜੇ ਕਿ ਮੈਨੂੰ 2-4 ਨਹੀਂ ਆ ਰਹੇ ਅਤੇ ਲੇਕਿਨ 10 ਚਿੰਨ੍ਹ ਆ ਉਹਨੂੰ ਧਰਮ ਕਿਹਾ ਜਾਂਦਾ ਨਾ ਕਿ ਪਹਿਰਾਵੇ ਨੂੰ ਧਰਮ ਕਿਹਾ ਜਾਂਦਾ ਉਹ ਸਾਡੇ ਪਿੰਡ 'ਤੇ ਬਿਲਕੁਲ ਲਾਗੂ ਆ ਇੱਥੇ ਸਾਰੇ ਅਸੀਂ ਇਕੱਠੇ ਹੋ ਕੇ ਸਾਂਝੀ ਵਾਲਤਾ ਦੇ ਨਾਲ ਦਿਨ ਤਿਉਹਾਰ ਜੋ ਹੈਗੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮਨਾਉਂਦੇ ਹਾਂ ਅਗਰ ਕਿਸੇ ਭੈਣ ਭਰਾ 'ਤੇ ਕੋਈ ਔਕੜ ਵੀ ਕਿਸੇ ਤਰ੍ਹਾਂ ਦੀ ਆ ਜਾਂਦੇ ਤਾਂ ਅਸੀਂ ਉਸੇ ਵੇਲੇ ਹੀ ਇਕੱਠੇ ਹੋ ਜਾਂਦੇ ਹਾਂ ਮਤਲਬ ਫਾਈਨੈਂਸ਼ਲੀ ਵੀ ਕਿਸੇ ਨੂੰ ਲੋੜ ਪੈਂਦੀ ਆ ਅਸੀਂ ਤਿਲ ਫੁੱਲ ਕਰਕੇ ਇਕੱਠਾ ਕਰਕੇ ਅਸੀਂ ਉਹਦੀ ਮਦਦ ਵੀ ਕਰਦੇ ਹਾਂ ਬਾਕੀ ਸ਼ਮਸ਼ਾਨ ਘਾਟ ਦੀ ਡਿਵੈਲਪਮੈਂਟ ਸਾਡੇ ਜਠੇਰੇ ਆ ਉੱਥੇ ਦੀ ਡਿਵੈਲਪਮੈਂਟ ਹੁਣ ਆਹ ਸਾਡਾ ਕਾਫੀ ਖਰਚਾ ਹੋ ਰਿਹਾ ਮਤਲਬ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਮਤਲਬ ਕੋਈ ਕਮੇਟੀ ਜਾਂ ਕਹਿ ਦਈਏ ਵੀ ਇਹ ਸੈਕਟਰੀ ਖਜ਼ਾਨਚੀ ਫਲਾਨਾ ਢਿਮਕੜਾ ਕੋਈ ਨਹੀਂ ਹੈ ਸਾਰੇ ਹੀ ਸੈਕਟਰੀ ਨੇ ਸਾਰੇ ਖਜ਼ਾਨਚੀ ਨੇ ਸਾਰੇ ਪ੍ਰਧਾਨ ਨੇ ਨਹੀਂ ਬਹੁਤ ਬਹੁਤ ਸੋਹਣੀ ਚੀਜ਼ ਲੱਗੀ ਹਰ ਪਿੰਡ ਨੂੰ ਇਹ ਤੋਂ ਸਿੱਖਣ ਦੀ ਲੋੜ ਆ ਹਰ ਦਿੱਤੀ ਦੱਸਿਆ ਵੀ ਤੁਸੀਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਜੀ 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 ਅਤੇ ਇੰਨੇ ਧਾਰਮਿਕ ਕਿੱਦਾਂ ਤੁਸੀਂ ਧਾਰਮਿਕ ਇਸ ਤਰ੍ਹਾਂ ਹੈਗਾ ਹੈ ਜੀ ਕਿ ਬਚਪਨ ਤੋਂ ਹੀ ਕੋਈ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਲਗਨ ਲੱਗੀ ਹੋਈ ਹੈ ਮੇਰਾ ਘਰ ਸਿਰਫ ਇੱਕ ਗਲੀ ਦਾ ਵਿੱਚ ਫਰਕ ਹੈ ਅੱਛਾ ਜੀ ਮਤਲਬ ਮੈਂ ਰਾਤ ਨੂੰ ਸਿਰਫ ਘਰ ਸੌਣ ਹੀ ਜਾਂਦਾ ਸੀ ਬਾਕੀ ਮੇਰਾ ਜੀਵਨ ਜਿਹੜਾ ਸਮਰਪਿਤ ਸੀ ਗੁਰਦੁਆਰਾ ਸਾਹਿਬ ਨੂੰ ਧਾਰਮਿਕ ਕੰਮ ਨੂੰ ਧਾਰਮਿਕ ਸੇਵਾ ਨੂੰ ਸਮਾਜਿਕ ਕੰਮਾਂ ਨੂੰ ਅਗਰ ਬੱਚੇ ਕਹਿ ਦੇਣ ਕਿ ਕੋਈ ਟੂਰਨਾਮੈਂਟ ਕਰਾਉਣਾ ਜਾਂ ਕੋਈ ਐਕਟੀਵਿਟੀ ਕਰਨੀ ਆ ਅਤੇ ਆਪਾਂ ਕਦੀ ਉਹਨਾਂ ਦੀ ਬਾਂਹ ਨਹੀਂ ਫੜੀ
ਉਹਨਾਂ ਨੂੰ ਕਹੀਦਾ ਵੀ ਚਲੋ ਤੁਹਾਡੇ ਤੋਂ ਮੂਹਰੇ ਆਪਾਂ ਖੜੇ ਹੁੰਦੇ ਹਾਂ। ਸਾਡੇ ਇੱਥੇ ਬਜ਼ੁਰਗ ਸੀਗੇ, ਸਰਦਾਰ ਟਹਿਲ ਸਿੰਘ ਸੀਗੇ ਬਜ਼ੁਰਗ, ਜਿਹਨਾਂ ਦੀ ਪ੍ਰੇਰਣਾ ਸਦਕਾ ਮੈਂ ਬਚਪਨ ਤੋਂ ਹੀ, ਸ਼ਾਇਦ ਮੈਨੂੰ ਯਾਦ ਆ ਕਿ ਮੈਂ ਦੂਸਰੀ ਕਲਾਸ 'ਚ ਸੀ ਜਦੋਂ ਦਾ ਮੈਂ ਪਾਠ ਕਰਦਾ ਹਾਂ। ਅੱਛਾ, ਜਦੋਂ ਦਾ ਮੈਂ ਪਾਠ ਕਰਦਾ ਗੁਰਦੁਆਰਾ ਸਾਹਿਬ ਦੂਸਰੀ ਕਲਾਸ ਤੋਂ ਹੀ, ਮਤਲਬ ਘੱਟੋ ਘੱਟ ਮੈਂ ਜਾਣ ਕਹਿ ਸਕਦਾ ਇਹ ਗੱਲ। ਅੱਛਾ ਜੀ, ਹਾਂ, ਉਹਨਾਂ ਦੀ ਮਤਲਬ ਮੈਂ ਕਹੂੰਗਾ ਵੀ ਮੇਰੇ 'ਤੇ ਉਹਨਾਂ ਦੇ ਥਰੂ ਕਿਰਪਾ ਹੋਈ ਹੈ। ਨਿਤਨੇਮ ਇੰਨਾ ਸੀ ਮੇਰਾ ਕਿ ਮੈਂ ਦੋ ਟਾਈਮ ਗੁਰਦੁਆਰੇ ਆਉਣਾ, ਸੇਵਾ ਕਰਨੀ, ਪਾਠ ਕਰਨਾ। ਲੇਕਿਨ ਹੁਣ ਰੁਝੇਵੇਂ ਜ਼ਿਆਦਾ ਕਰਕੇ, ਕੁਛ ਘਰ ਦੇ ਘਰੇਲੂ ਜ਼ਿੰਮੇਵਾਰੀਆਂ, ਕੁਛ ਡਿਪਾਰਟਮੈਂਟ ਦੀਆਂ, ਪਰ ਮੇਰਾ ਡਿਪਾਰਟਮੈਂਟ ਪੰਜਾਬ ਪੁਲਿਸ ਬਹੁਤ ਵਧੀਆ ਆ, ਜਿਹਨਾਂ ਨੇ ਮੇਰੇ ਬੱਚਿਆਂ ਨੂੰ ਬਹੁਤ ਪੜ੍ਹਾਇਆ, ਐਜੂਕੇਟਡ ਕੀਤਾ, ਮੈਨੂੰ ਰਹਿਣ ਲਈ ਸਮਾਜ ਦੇ ਬਰਾਬਰ ਖੜ੍ਹਾ ਕੀਤਾ। ਲੇਕਿਨ ਆਮ ਲੋਕਾਂ 'ਚ ਆ ਜਾਂਦਾ ਆ ਨਾ ਜੀ ਪੰਜਾਬ ਪੁਲਿਸ ਯਾਰ ਬਹੁਤ ਮਾੜੀ ਆ, ਮੈਂ ਨਹੀਂ ਇਹ ਕਹਿਣ ਦਊਂਗਾ ਕਿਸੇ ਨੂੰ, ਕਿਉਂਕਿ ਪੰਜਾਬ ਪੁਲਿਸ ਡਿਪਾਰਟਮੈਂਟ ਨਹੀਂ ਮਾੜਾ, ਬੁੱਧੀਜੀਵੀ ਵਿੱਚ ਪਰਸਨ ਮਾੜੇ ਹੋ ਸਕਦੇ ਆ, ਕੁਛ ਅੰਸ਼ ਮਾੜੇ ਹੋ ਸਕਦੇ ਆ, ਲੇਕਿਨ ਡਿਪਾਰਟਮੈਂਟ ਨਹੀਂ ਮਾੜਾ ਹੈਗਾ। ਇਹ ਮੈਂ ਤੁਹਾਨੂੰ ਇਸ ਕਰਕੇ ਦੁਬਾਰਾ ਇੱਕ ਕੈਮਰਾ ਔਨ ਕਰਵਾ ਕੇ ਰਿਕਾਰਡ ਕਰ ਰਿਹਾ, ਇਹਦਾ ਕਾਰਨ ਇਹ ਕਿ ਸੰਗਤ ਦਾ ਦੱਸਣ ਨੂੰ ਕਿ ਸੰਗਤ ਦਾ ਕਿੰਨਾ ਅਸਰ ਹੁੰਦਾ ਹੈ। ਹਾਂਜੀ ਹਾਂਜੀ ਹਾਂਜੀ, ਜੇ ਤੁਸੀਂ ਗਲਤ ਸੰਗਤ ਆ, ਆ ਖਾਸ ਕਰਕੇ ਅੱਜ ਦੇ ਬੱਚਿਆਂ ਲਈ ਜਿਹਨਾਂ ਨੇ ਕੈਮਰਾ ਵੀ ਫੜਿਆ ਆ, ਉਹਨਾਂ ਲਈ ਹਾਂਜੀ ਹਾਂਜੀ, ਸੰਗਤ ਜੇ ਤੁਹਾਡੀ ਗਲਤ ਆ ਤੁਸੀਂ ਗਲਤ ਪਾਸੇ ਨੂੰ ਜਾਓ। ਬਿਲਕੁਲ ਬਿਲਕੁਲ ਬਿਲਕੁਲ, ਜਿੱਦਾਂ ਤੁਹਾਡੀ ਸੰਗਤ ਚੰਗੀ ਸੀ ਲੱਗੇ ਸੀਗੇ, ਤੁਹਾਡਾ ਧਿਆਨ ਉਹ ਤਾਂ ਬਾਣੀ ਦਾ ਹੀ ਫਰਮਾਨ ਆ, ਜੈਸਾ ਬੀਜੇ ਸੋ ਲੋਣੇ ਕਰਮਾ ਸੰਧੜਾ ਖੇਤ, ਉਹ ਜੋ ਤੁਸੀਂ ਬੋਉਂਗੇ ਨਾ ਬੀਜੋਗੇ ਉਗਣਾ ਉਹੀ ਹੈ। ਜੇ ਇਹਨਾਂ ਬੱਚਿਆਂ ਨੂੰ ਅੱਜ ਅਸੀਂ ਪਰਵਰਿਸ਼ ਸਹੀ ਦੇਵਾਂਗੇ ਵੀ ਗੁਰੂ ਘਰ ਨਾਲ ਜੁੜੋ, ਗੁਰੂ ਘਰ ਆਓ, ਸੇਵਾ ਕਰੋ, ਹੁਣ ਇਹਨਾਂ ਬੱਚਿਆਂ ਵਾਲਾ ਦੇਖ ਕੇ ਹੀ ਸਾਡੇ ਪਿੰਡ ਦੇ ਕਈ ਬੱਚੇ ਸਰਦਾਰ ਬਣ ਰਹੇ ਆ, ਕਿ ਇਹ ਅੱਜ ਪੰਜ ਪਿਆਰੇ ਬਣੇ, ਕੱਲ੍ਹ ਨੂੰ ਮੈਂ ਵੀ ਬਣਨਾ ਆ। ਸਾਡੇ ਲਈ ਪ੍ਰੋਬਲਮ ਕ੍ਰੀਏਟ ਹੋ ਜਾਂਦੀਆਂ ਕਈ ਵਾਰੀ ਕਿ ਸਾਡੇ ਬੱਚੇ ਨੂੰ ਬਣਾਓ ਤੁਸੀਂ ਸਿੰਘ ਬਣਾਓ, ਜੀ ਜੀ ਬਿਲਕੁਲ, ਅਤੇ ਮਤਲਬ ਹੁਣ ਇਹਨਾਂ ਬੱਚਿਆਂ ਵਾਲਾ ਦੀ ਮਤਲਬ ਪ੍ਰੇਰਣਾ ਹੀ ਕਹਿ ਲਓ, ਇਹਨਾਂ ਬੱਚਿਆਂ ਵੱਲੋਂ ਇਹਨਾਂ ਬੱਚਿਆਂ ਵਾਲਾ ਦੇਖ ਕੇ ਹੀ ਉਹ ਮਤਲਬ ਸਰਦਾਰ ਬਣ ਰਹੇ ਨੇ। ਬਿਲਕੁਲ ਬਿਲਕੁਲ ਜੀ, ਚਲੋ ਠੀਕ ਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਠੀਕ ਹੈ ਜੀ ਬਾਬਾ ਜੀ, ਤੁਹਾਡੀ ਇੰਟਰੋਡਕਸ਼ਨ ਹੀ ਲਈ ਜੀ, ਇਹ ਤੁਹਾਡੇ ਵੱਡੇ ਬ੍ਰਦਰ ਨੇ, ਮੇਰੇ ਵੱਡੇ ਬ੍ਰਦਰ ਨੇ। ਹਾਂਜੀ, ਮੈਂ ਮਾਰਕੀਟ ਕਮੇਟੀ ਚੋਂ ਬਤੌਰ ਅਕਾਊਂਟੈਂਟ ਰਿਟਾਇਰ ਹਾਂ। ਅੱਛਾ ਜੀ, 36 ਸਾਲ ਮੇਰੀ ਸਰਵਿਸ ਮਾਰਕੀਟ ਕਮੇਟੀ ਦੀ ਹੈ। ਠੀਕ ਹੈ ਜੀ, ਮਾਰਕੀਟ ਕਮੇਟੀ ਦੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਜ਼ਿਮੀਂਦਾਰਾਂ ਦਾ ਭਲਾ ਕਰਨ ਵਾਲਾ ਕੰਮ ਹੀ ਕਰੀਦਾ ਸੀ, ਉਹ ਸਾਡੀ ਡਿਊਟੀ ਵੀ ਸੀਗੀ। ਅੱਛਾ ਜੀ, ਅਤੇ ਡਿਊਟੀ ਦੇ ਨਾਲ ਨਾਲ ਵੈਸੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਸੀ ਤਾਂ ਉਸਨੂੰ ਪ੍ਰਾਇਓਰਟੀ ਬੇਸ 'ਤੇ ਹੱਲ ਕਰੀਦਾ। ਨਹੀਂ ਚਲੋ, ਬਹੁਤ ਸੋਹਣਾ ਜੀ, ਬਹੁਤ ਸੋਹਣਾ, ਬਹੁਤ ਚੰਗਾ ਲੱਗਾ। ਹਾਂਜੀ, ਜ਼ਿਆਦਾ ਡਿਊਟੀ ਹੁਸ਼ਿਆਰਪੁਰ ਕੀਤੀ, ਹਾਂਜੀ, ਕੁਛ ਡਿਊਟੀ ਮੇਰੀ ਟਾਂਡੇ ਦੀ, ਬਲਾ ਚੌਕ ਦੀ ਅਤੇ ਕਪੂਰਥਲੇ ਦੀ। ਅੱਛਾ, ਟਾਂਡੇ ਵੀ ਰਹੇ ਤੁਸੀਂ? ਟਾਂਡੇ ਵੀ ਮੈਂ ਰਿਹਾ। ਅੱਛਾ ਜੀ, ਡੇਢ ਸਾਲ ਦੇ ਕਰੀਬ ਮੈਂ ਟਾਂਡੇ। ਅੱਛਾ ਜੀ, 10 ਅਤੇ 11 ਦੇ ਵਿੱਚ ਟਾਂਡੇ। ਨਹੀਂ ਚਲੋ, ਬਹੁਤ ਵਧੀਆ। ਚਲੋ, ਨਹੀਂ ਦੇਖੋ ਜੀ, ਪਿੰਡ ਵਿੱਚ ਪੜ੍ਹੇ ਲਿਖੇ ਸੂਝਵਾਨ ਬੰਦੇ ਹੋਣ ਨਾ, ਉਹ ਪਿੰਡ ਚੰਗੇ ਤਰੀਕੇ ਨਾਲ ਮਤਲਬ ਚੱਲਦਾ ਹੈ ਕਹਿ ਸਕਦੇ ਹਾਂ। ਪਿੰਡ ਦੀ ਕੋਆਪਰੇਸ਼ਨ ਬਹੁਤ ਆ ਜੀ। ਜੀ ਜੀ ਜੀ, ਕਿਸੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਸਾਰੇ ਇਕੱਠੇ ਆ। ਚਲੋ, ਬਹੁਤ ਸੋਹਣਾ, ਬਹੁਤ ਸੋਹਣਾ। ਠੀਕ ਆ ਜੀ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਜੀ, ਇੱਥੇ ਗੁਰੂ ਮਹਾਰਾਜ ਜੀ ਜਦੋਂ ਆਉਂਦੇ ਆ ਨਾ ਜੀ, ਉਹਨਾਂ ਦੇ ਰਹਿਣ ਵਾਸਤੇ ਅਸਥਾਨ ਪਿੰਡ ਦੇ ਹੀ ਸੇਵਾਦਾਰਾਂ ਨੇ ਫ੍ਰੀ ਦਾਨ ਕੀਤਾ ਸੀ। ਅੱਛਾ ਜੀ, ਔਰ ਇਹ ਪਿੰਡ ਦੇ ਹੀ ਤਿਲ ਫੁੱਲ ਦੇ ਨਾਲ ਇਹ ਜਿਹੜੀ ਕੰਸਟਰਕਸ਼ਨ ਆ ਡਬਲ ਸਟੋਰੀ ਬਣਾਈ ਗਈ ਹੈ। ਹਾਂਜੀ, ਇੱਥੇ ਗੁਰੂ ਮਹਾਰਾਜ ਜੀ ਜਦੋਂ ਅੱਗੇ ਆਉਂਦੇ ਸੀ, ਅੱਜ ਤੋਂ ਕੋਈ 15-18 ਸਾਲ, ਹਾਂਜੀ, ਕਦੀ ਮਤਲਬ ਜੇ ਉਹਨਾਂ ਤੋਂ ਪਹਿਲੇ ਵੀ ਜਿਹੜੇ ਗੁਰੂ ਮਹਾਰਾਜ ਜੀ ਆਉਂਦੇ ਸੀ, ਉਹ ਮਤਲਬ ਕਦੀ ਮਤਲਬ ਕਿਸੇ ਦੇ ਘਰ, ਕਦੀ ਕਿਸੇ ਦੇ ਘਰ, ਉਹਦੇ ਵਿੱਚ ਫਿਰ ਹਰ ਇੱਕ ਦੀ ਮਨੋਭਾਵਨਾ ਹੁੰਦੀ ਸੀ ਕਿ ਮੇਰੇ ਘਰ ਵੀ ਆਉਣ, ਮੇਰੇ ਘਰ ਵੀ ਰਹਿਣ। ਲੇਕਿਨ ਇਸ ਚੀਜ਼ ਨੂੰ ਦੂਰ ਅੰਦੇਸ਼ੀ ਨਾਲ ਸੋਚਦੇ ਹੋਏ ਫਿਰ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਡਬਲ ਸਟੋਰੀ ਕੰਸਟਰਕਸ਼ਨ ਕੀਤੀ ਹੈ। ਠੀਕ ਹੈ ਜੀ, ਉੱਪਰ ਗੁਰੂ ਮਹਾਰਾਜ ਜੀ ਦੀ ਰਿਹਾਇਸ਼ ਆ, ਥੱਲੇ ਉਹਨਾਂ ਦੇ ਜਿਹੜੇ ਸ਼ਿਸ਼ ਨੇ, ਵਿਦਿਆਰਥੀ ਨੇ, ਉਹਨਾਂ ਦੀ ਰਿਹਾਇਸ਼ ਆ। ਠੀਕ, ਅਤੇ ਇਹ ਸਿਰਫ ਜਦੋਂ ਗੁਰੂ ਮਹਾਰਾਜ ਜੀ ਆਉਂਦੇ ਉਦੋਂ ਹੀ ਖੋਲ੍ਹਿਆ ਜਾਂਦਾ, ਬਾਕੀ ਇਹਦੀ ਸਾਫ਼ ਸਫਾਈ, ਸੇਵਾ ਸੰਭਾਲ ਸਾਡੇ ਮੰਦਰ 'ਤੇ ਬੀਬੀਆਂ ਜੋ ਸੇਵਾ ਕਰਦੀਆਂ ਨੇ ਸਵੇਰ ਸ਼ਾਮ, ਉਹ ਇਹਦੀ ਸਫਾਈ ਦਿਨ ਪ੍ਰਤੀ ਦਿਨ ਕਰਦੀਆਂ ਨੇ। ਲੇਕਿਨ ਉੱਦਾਂ
ਮਤਲਬ ਕਿਸੇ ਦੀ ਰਿਹਾਇਸ਼ ਹੋਰ ਨਹੀਂ ਕੀਤੀ ਜਾਂਦੀ, ਸਿਰਫ ਗੁਰੂ ਮਹਾਰਾਜ ਜੀ ਠਹਿਰਦੇ ਨੇ ਇੱਥੇ। ਅਤੇ ਗੁਰੂ ਮਹਾਰਾਜ ਜੀ ਸਾਡੇ 'ਤੇ ਵੀ ਕਿਰਪਾ ਕੀਤੀ ਹੋਆ ਉਹਨਾਂ ਨੇ, ਅਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਨਗਰ ਵਸਿਆ ਹੋਇਆ। ਚਲੋ ਮੈਂ ਉੱਦਾਂ ਨਾ, ਮੈਨੂੰ ਪਤਾ ਸੀਗਾ ਬਾਹਰ ਬੋਰਡ ਲੱਗਾ ਨਾ, ਹਾਂਜੀ ਹਾਂਜੀ ਉੱਥੇ ਵੀ ਮੇਨ ਤੇ ਲੱਗਾ ਆ ਜਦੋਂ ਐਂਟਰੈਂਸ ਭੁੰਗੇ ਤੋਂ, ਇੰਨੀ ਧਾਰਨਾ ਆ ਇੱਥੇ ਮੈਨੂੰ, ਹਾਂਜੀ ਨਹੀਂ 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 ਸੀਗਾ ਮਤਲਬ ਪਤਾ ਵੀ ਇੰਨੀ ਜ਼ਿਆਦਾ ਧਾਰਨਾ ਹੈਗੀ। ਮਤਲਬ ਇੱਕ ਹੋਰ ਖਾਸ ਗੱਲ ਹੈਗੀ ਆ ਕਿ ਸਾਡੇ ਪਿੰਡ ਕਦੀ ਕਿਸੇ ਨੂੰ ਕੋਈ ਚਾਹੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੂਈ ਮਿਲੇ ਉਦਾਹਰਨ ਦੇ ਤੌਰ 'ਤੇ, ਅਤੇ ਚਾਹੇ ਗੁਰੂ ਮਹਾਰਾਜ ਜੀ ਹਵਾਈ ਜਹਾਜ਼ ਬਖਸ਼ਿਸ਼ ਕਰਨ, ਉਹ ਸੰਪੂਰਨ ਉਨੀ ਦੇਰ ਆ ਜਦੋਂ ਤੱਕ ਅਸੀਂ ਗੁਰੂ ਮਹਾਰਾਜ ਦੇ ਮੰਦਰ ਨਹੀਂ ਲਿਜਾਂਦੇ, ਮੱਥਾ ਨਹੀਂ ਟੇਕਦੇ ਲਿਜਾ ਕੇ। ਉਹ ਤੋਂ ਬਾਅਦ ਅਸੀਂ ਫੇਰ ਵਰਤਦੇ ਹਾਂ, ਉਹ ਤੋਂ ਪਹਿਲੇ ਨਹੀਂ। ਔਰ ਜਦੋਂ ਕੋਈ ਵੀ ਸੁੱਖ ਦੁੱਖ ਸਾਡੇ ਹੁੰਦਾ ਆ, ਲੰਗਰ ਪ੍ਰਸ਼ਾਦ ਬਣਦੇ ਆ ਜਾਂ ਬਰਾਤ ਚੜ੍ਹਦੀ ਆ, ਤਾਂ ਵੀ ਸਾਡੇ ਮੱਥਾ ਮੰਦਰ 'ਤੇ ਹੀ ਟੇਕਿਆ ਜਾਂਦਾ, ਫਿਰ ਗੁਰਦੁਆਰਾ ਸਾਹਿਬ ਟੇਕਿਆ ਜਾਂਦਾ, ਅਤੇ ਫਿਰ ਬਾਕੀ ਕਾਰਜ ਕੀਤੇ ਜਾਂਦੇ। ਇਹ ਖਾਸੀਅਤ ਆ ਸਾਡੇ ਪਿੰਡ ਦੀ। ਬਹੁਤ ਵਧੀਆ ਜੀ, ਬਹੁਤ ਸੋਹਣੀ ਗੱਲ ਆ, ਬਹੁਤ ਕੁਛ ਸਿੱਖਣ ਨੂੰ ਮਿਲਿਆ ਮੈਨੂੰ ਵੀ ਅੱਜ। ਠੀਕ ਆ ਜੀ। ਚਲੋ ਜੀ ਠੀਕ ਆ ਜੀ, ਚਲੀ ਅੱਛਾ ਜੀ, ਹੈ ਨਾ। ਉੱਧਰ ਜਾਣਾ ਸੀ ਆਪਣੇ ਜਿੱਧਰ ਬੂਟੇ ਲਾਏ ਨਾ, ਹੋਰ ਨਹੀਂ ਉੱਧਰ ਜੰਗਲ 'ਚ ਜਾਣਾ। ਅੱਛਾ ਅੱਛਾ, ਠੀਕ ਆ ਜੀ, ਠੀਕ ਆ ਜੀ, ਠੀਕ ਆ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਸੋਹਣਾ ਲੱਗਾ ਮਿਲ ਕੇ ਸਾਰਿਆਂ ਨੂੰ ਪਿੰਡ ਬਾਰੇ ਜਾਣ ਕੇ ਖਾਸ ਤੌਰ 'ਤੇ, ਅਤੇ ਤੁਹਾਡੀ ਜਿੱਦਾਂ ਇੱਕ ਬਹੁਤ ਵਧੀਆ ਯੂਨਿਟੀ ਆ ਉਹਦੇ ਬਾਰੇ। ਚੰਗਾ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਨਹੀਂ ਜੀ ਨਹੀਂ, ਬਸ ਖਾਣਾ ਕੀ, ਮੇਰਾ ਪਿੰਡ ਲੱਗ ਗਿਆ, ਮੈਂ ਖਾ ਪੀ ਕੇ ਆਇਆ ਸੀਗਾ। ਹਾਂਜੀ ਹਾਂਜੀ ਨਹੀਂ ਜੀ ਨਹੀਂ ਨਹੀਂ, ਬਸ ਬਸ, ਬਹੁਤ ਬਹੁਤ ਧੰਨਵਾਦ। ਚੰਗਾ ਜੀ, ਚੰਗਾ, ਸਤਿ ਸ਼੍ਰੀ ਅਕਾਲ।